ਦੇ ਵਿੱਚ ਸਵਾਗਤ ਹੈ। ਆਪਣੀ ਡਿਸਕਸ਼ਨ ਚੱਲ ਰਹੀ ਸੀ ਫਰਵਰੀ ਮਹੀਨੇ ਦੇ ਕਰੰਟ ਅਫੇਅਰਸ ਨੂੰ ਲੈ ਕੇ, ਅਤੇ ਕਰੰਟ ਅਫੇਅਰਸ ਦੀਆਂ ਕਈ ਵੀਡੀਓਜ਼ ਜਾਣਗੀਆਂ ਫਰਵਰੀ ਮਹੀਨੇ ਦੀਆਂ, ਕਿਉਂਕਿ ਮੇਰੀ ਕੋਸ਼ਿਸ਼ ਇਹ ਹੈ ਕਿ ਬਹੁਤੀ ਲੰਬੀ ਵੀਡੀਓ ਨਹੀਂ ਆਪਾਂ ਬਣਾਵਾਂਗੇ, ਪਰ ਹਰ ਉਹ ਕਰੰਟ ਨੂੰ ਛੂਹਣ ਦੀ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿ ਆਪਣੇ ਲਈ ਮਹੱਤਵਪੂਰਨ ਹੈ। ਜਿਹੜੇ ਬਹੁਤ ਹੀ ਮਤਲਬ ਬਿਓਂਡ ਦਾ ਰੇਂਜ ਵਾਲੇ ਕਰੰਟ ਅਫੇਅਰ ਹੋਣਗੇ, ਬਹੁਤੇ ਸਟੇਟ ਸਪੈਸੀਫਿਕ ਹੋਣਗੇ, ਸਟੇਟਸ 'ਚ ਵੜਦੇ ਹੋਣਗੇ, ਮੈਂ ਉਹਨਾਂ ਨੂੰ ਅਵੋਇਡ ਕਰਦਾ। ਜਿਹੜੇ ਨੈਸ਼ਨਲ ਲੈਵਲ ਦੇ ਨੇ, ਇੰਟਰਨੈਸ਼ਨਲ ਲੈਵਲ ਦੇ ਨੇ ਜਾਂ ਸਪੈਸੀਫਿਕਲੀ ਸਾਡੀ ਪੰਜਾਬ ਸਟੇਟ ਓਰੀਐਂਟਡ ਨੇ, ਉਹੀ ਕਰੰਟ ਅਫੇਅਰਸ 'ਤੇ ਮੈਂ ਜ਼ਿਆਦਾ ਫੋਕਸ ਕੀਤਾ ਹੋਇਆ ਅਤੇ ਉਹਨਾਂ ਨੂੰ ਜ਼ਿਆਦਾ ਇਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਲਓ ਬਹੁਤਾ ਟਾਈਮ ਨਾ ਵੇਸਟ ਕੀਤੀ, ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਡਿਸਕਸ਼ਨ। ਅਗਲੇ ਕੁਐਸਚਨ 'ਤੇ ਆਪਣੇ 'ਤੇ ਚੱਲਦੇ ਹਾਂ। ਸਵਾਲ ਅੱਜ ਦਾ ਪਹਿਲਾ ਕਹਿੰਦਾ, ਵਿੱਚ ਸਪੇਸ ਏਜੰਸੀ ਹੈਜ਼ ਪ੍ਰੋਵਾਈਡਿਡ ਇੰਟਰਨੈਸ਼ਨਲ ਸਪੇਸ ਸਟੇਸ਼ਨ ਟ੍ਰਾਂਜ਼ਿਸ਼ਨ ਰਿਪੋਰਟ। ਦੇਖੋ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਬਾਰੇ ਤੁਸੀਂ ਨੇ ਸੁਣਿਆ ਹੋਊ, ਸਾਇੰਸ ਐਂਡ ਟੈਕ ਜਦੋਂ ਆਪਾਂ ਕਰਦੇ ਹਾਂ, ਸਾਇੰਸ ਐਂਡ ਟੈਕਨੋਲੋਜੀ ਸਬਜੈਕਟ, ਉਹਦੇ ਵਿੱਚ ਇੱਕ ਇੰਟਰਨੈਸ਼ਨਲ ਆਪਣਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ ਜਿਹਨੂੰ ਕਿ ਪੰਜ ਦੇਸ਼ਾਂ ਨੇ ਮਿਲ ਕੇ ਬਣਾਇਆ ਸੀਗਾ। ਕਿਹੜੇ ਪੰਜ ਦੇਸ਼ ਸੀਗੇ? ਕੈਨੇਡਾ ਆ ਗਿਆ ਉਹਦੇ ਵਿੱਚ, ਠੀਕ ਹੈ, ਉਹਦੇ ਵਿੱਚ US ਆ ਗਿਆ, ਉਹਦੀ NASA ਆ ਗਈ, ਯੂਰੋਪੀਅਨ ਸਪੇਸ ਏਜੰਸੀ ਆ ਗਈ, ਠੀਕ ਹੈ, ਫਰਾਂਸ ਵਾਲੀ ਆ ਗਈ, ਮਤਲਬ ਟੋਟਲ ਪੰਜ ਸੀਗੇ ਜਿਨ੍ਹਾਂ ਨੇ ਮਿਲ ਕੇ ਇਹਨੂੰ ਬਣਾਇਆ। ਹੁਣ ਇਹ ਆਪਦੇ ਆਖਰੀ ਸਾਹਾਂ ਜਿਹਾਂ 'ਤੇ ਆ, ਖਤਮ ਹੋਣ ਵਾਲਾ। ਇਸ ਤੋਂ ਬਾਅਦ ਜੇ ਮੈਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਬਾਰੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਾਂ। ਹੁਣੀ ਹੁਣੀ ਚਾਈਨਾ ਨੇ ਵੀ ਆਪਣਾ ਇੱਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਅਨਾਊਂਸ ਕੀਤਾ, ਜਿਹਨੂੰ ਉਹ ਉੱਪਰ ਸੈੱਟ ਕਰਨ ਲੱਗੇ ਹੋਏ ਨੇ, ਹੌਲੀ ਹੌਲੀ ਕਰਕੇ ਇੱਕ ਇੱਕ ਮੋਡਿਊਲ ਉਹਦਾ ਉੱਪਰ ਭੇਜ ਰਹੇ ਨੇ। ਇਹਨਾਂ ਦਾ ਕੀ ਪਰਪਸ ਕੀ ਹੈ ਇੰਟਰਨੈਸ਼ਨਲ ਸਪੇਸ ਸਟੇਸ਼ਨ ਬਣਾਉਣ ਦਾ? ਮਤਲਬ ਕਿ ਉੱਥੇ ਥੋੜ੍ਹੇ ਜਿਹੇ ਬੰਦਿਆਂ ਦੇ ਰਹਿਣ ਜੋਗਾ ਸਪੇਸ 'ਚ ਪਲਾਟ ਦੇ ਵਿੱਚ ਜਗ੍ਹਾ ਬਣਾਈ ਤਾਂ ਕਿ ਉੱਥੇ ਕੁਛ ਐਕਸਪੈਰੀਮੈਂਟ ਸਾਇੰਸ ਦੇ ਕੀਤੇ ਜਾ ਸਕਣ ਕਿ ਧਰਤੀ ਦੇ ਉੱਥੇ ਕਰਨ 'ਚ ਕੀ ਫਰਕ ਹੁੰਦਾ, ਠੀਕ ਹੈ, ਇਹੋ ਜਿਹੀਆਂ ਚੀਜ਼ਾਂ ਵਾਸਤੇ ਇਹ ਬਣਾਏ ਜਾਂਦੇ ਨੇ। ਇਹਨੂੰ ਲੈ ਕੇ ਰਿਪੋਰਟ ਜਿਹੜੀ ਹੈਗੀ ਹੈ ਰੀਸੈਂਟਲੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਟ੍ਰਾਂਜ਼ਿਸ਼ਨ ਰਿਪੋਰਟ, ਵੀ ਕੀ ਹਿਸਾਬ ਕਿਤਾਬ ਆ, ਕਹਿਣ ਦਾ ਮਤਲਬ ਇਹਦਾ ਹੈਗਾ, ਜਾਂ ਇਹਨੂੰ ਜੇ ਦੁਬਾਰਾ ਤੁਸੀਂ ਰੀਨਿਊ ਕਰਨਾ ਤਾਂ ਕਿੰਨੇ ਬਜਟ ਦੀ ਲੋੜ ਹੈ, ਜਾਂ ਫਿਰ ਦੁਬਾਰਾ ਹੀ ਬਣਾਉਣਾ ਚਾਹੀਦਾ। ਟ੍ਰਾਂਜ਼ਿਸ਼ਨ ਮਤਲਬ ਕਿਹੋ ਜਿਹੇ ਹਾਲਾਤਾਂ 'ਚੋਂ ਗੁਜ਼ਰ ਰਿਹਾ, ਉਹਦੇ 'ਤੇ ਰਿਪੋਰਟ ਹੈ ਇਹ ਜਾਰੀ ਕੀਤੀ ਹੈ NASA ਨੇ। ਪਹਿਲਾਂ ਵੀ ਜ਼ਿਕਰ ਆ ਗਿਆ, USA ਦੀ ਹੈਗੀ ਹੈ ਇਹ ਸਰਕਾਰੀ ਜਿਹੜੀ ਪੁਲਾੜ ਏਜੰਸੀ ਹੈ, ਯਾਨੀ ਕਿ ਸਪੇਸ ਏਜੰਸੀ ਹੈ NASA, ਤਾਂ ਉਹਦੇ ਦੁਆਰਾ ਇਹ ਕੀਤਾ ਗਿਆ ਹੈ। SpaceX ਵੀ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਉਹਨਾਂ ਦੀ ਹੋਈ ਹੈ। ਤਾਂ ਬੜਾ ਸਿੰਪਲ ਜਿਹਾ ਕੁਐਸਚਨ ਸੀ, ਜੇ ਕੁਐਸਚਨ ਆਉਂਦਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨੂੰ ਲੈ ਕੇ, ਤਾਂ ਪਹਿਲਾਂ ਤਾਂ ਪੰਜੇ ਦੇਸ਼ਾਂ ਦੇ ਤੁਹਾਨੂੰ ਨਾਮ ਪਤਾ ਹੋਣ ਕਿ ਕਿਹੜੇ ਦੇਸ਼ਾਂ ਨੇ ਇਹ ਬਣਾਇਆ ਸੀਗਾ, ਠੀਕ ਹੈ, ਕਿੰਨਾ ਦਾ ਇਹਦੇ ਵਿੱਚ ਰੋਲ ਸੀਗਾ, ਇਹ ਤੁਹਾਨੂੰ ਆਈਡੀਆ ਹੋਵੇ ਫੁੱਲ। ਦੂਸਰੇ ਨੰਬਰ 'ਤੇ ਤੁਹਾਨੂੰ ਪੰਜ ਕਿਹੜੇ ਕਿਹੜੇ ਸੀ, ਇੱਕ ਜਪਾਨ ਵਾਲਾ ਸ਼ਾਇਦ ਮੈਂ ਨਾਮ ਲੈਣਾ ਭੁੱਲ ਗਿਆ ਸੀ, ਉਹ ਵੀ ਵਿੱਚ ਇਨਕਲੂਡ ਕਰ ਲਿਓ, ਠੀਕ ਹੈ। ਜਪਾਨ ਹੋ ਗਿਆ ਤੁਹਾਡੇ ਕੋਲੇ JAXA, ਜਪਾਨ ਦੀ ਜਿਹੜੀ ਹੈਗੀ ਹੈ ਉਹਨੂੰ ਕਹਿੰਦੇ ਨੇ JAXA, ਜਪਾਨ ਸਪੇ ਆਪਣੀ ਕੀ ਕਹਿੰਦੇ ਨੇ ਸਪੇਸ ਏਜੰਸੀ। ਫਿਰ NASA ਹੋ ਗਈ, ਯੂਰਪੀਅਨ ਸਪੇਸ ਏਜੰਸੀ ਹੋ ਗਈ, ਇਹ ਯੂਰਪ ਦੇ ਸਾਰੇ ਦੇਸ਼, ਜਿਹੜੀ ਯੂਰਪੀਅਨ ਯੂਨੀਅਨ ਬਣੀ ਹੋਈ ਹੈ ਉਹ ਸਾਰੇ ਦੇਸ਼ਾਂ ਦੀ ਇੱਕ ਏਜੰਸੀ ਹੈ, ਜਿਵੇਂ ਫਰਾਂਸ ਦੀ ਆਪਣੀ ਅਲੱਗ ਵੀ ਹੈ ਅਤੇ ਯੂਰਪੀਅਨ ਦੇ ਵਿੱਚ ਵੀ ਉਹਦਾ ਹਿੱਸਾ ਹੈਗਾ, ਕਿਉਂਕਿ ਉਹ ਯੂਰਪ ਦਾ ਹਿੱਸਾ ਹੀ ਹੈ ਫਰਾਂਸ। ਫਿਰ ਇਸ ਤੋਂ ਇਲਾਵਾ ਕੈਨੇਡਾ ਦੀ ਸਪੇਸ ਏਜੰਸੀ ਹੈ, ਠੀਕ ਹੈ, ਇਹ ਵੀ ਵਿੱਚ ਇਨਕਲੂਡਡ ਹੈ। ਅਤੇ ਇੱਕ ਆਪਣੇ ਕੋਲ ਆ ਗਈ ਜਿਹੜੀ ਤੁਹਾਡੀ ਫਰੈਂਚ ਵਾਲੀ ਏਜੰਸੀ ਹੈ, ਠੀਕ ਹੈ, ਇਹਨਾਂ ਨੇ ਮਿਲ ਕੇ ਇਹ ਉੱਪਰ ਭੇਜਿਆ ਸੀਗਾ। ਲਓ ਜੀ ਅੱਗੇ ਚੱਲਦੇ ਹਾਂ, ਕਈ ਵਾਰ ਪੁੱਛ ਲੈਂਦੇ ਨੇ ਇਹੋ ਜਿਹਾ ਫੈਕਚੁਅਲ ਕੁਐਸਚਨ, ਕਿਹੜਾ ਇੰਸਟੀਟਿਊਸ਼ਨ ਹੈ ਜਿਹਨੇ ਰਿਲੀਜ਼ ਕੀਤੀ ਹੈ ਰਿਪੋਰਟ ਗਲੋਬਲ ਅਨਾਲਿਸਿਸ ਆਫ ਹੈਲਥ ਕੇਅਰ ਵੇਸਟ ਇਨ ਕੰਟੈਕਸਟ ਆਫ COVID-19। ਸਮਝਾਉਣਾ ਕੀ ਹੈ, COVID-19 ਦੇ ਵਿੱਚ ਜਿਹੜਾ ਮੈਡੀਕਲ ਵੇਸਟ ਹੁੰਦਾ ਹੈ, ਮੈਡੀਕਲ ਵੇਸਟ ਕੀ ਹੁੰਦਾ, ਹੁਣ ਉਹ ਇੰਜੈਕਸ਼ਨ ਲਾਉਂਦੇ ਨੇ, ਉਹ ਜਿਹੜੀਆਂ ਸਰਿੰਜਾਂ ਨੇ ਉਹ ਵੀ ਤਾਂ ਵੇਸਟ ਹੈ, ਇੱਕ ਵਾਰ ਲੱਗ ਗਈ ਦੁਬਾਰਾ ਥੋੜ੍ਹੀ ਨਾ ਕਿਸੇ ਦੇ ਯੂਜ਼ ਕੀਤੀ ਜਾ ਸਕਦੀ ਆ ਉਹ ਸਰਿੰਜ ਦੁਆਰਾ। ਫਿਰ ਉਹ ਇੰਜੈਕਸ਼ਨ ਜਿਹਦੇ ਵਿੱਚੋਂ ਕੱਢਦੇ ਨੇ ਉਹ ਵੀ ਵੇਸਟ ਹੈ ਪੂਰੇ ਦਾ ਪੂਰਾ, ਜਿਹਦੇ ਵਿੱਚੋਂ ਪੂਰਾ ਇੰਜੈਕਸ਼ਨ ਟੀਕਾ ਪਾਇਆ ਹੁੰਦਾ ਗਾ, ਉਹ ਚਾਹੇ ਕੱਚ ਦੀ ਹੋਵੇ ਜਾਂ ਪਲਾਸਟਿਕ ਜਿਹਦੀ ਵੀ ਹੁੰਦੀ ਆ, ਉਹ ਛੋਟੀ ਜਿਹੀ ਬਣੀ ਹੋਈ, ਠੀਕ ਹੈ। ਤਾਂ ਉਹ ਸਾਰਾ ਵੇਸਟ ਨੂੰ ਲੈ ਕੇ ਇੱਕ ਰਿਪੋਰਟ ਹੈ, ਉਹਦਾ ਅਨਾਲਿਸਿਸ ਕੀਤਾ ਕਿ ਉਹ ਵੇਸਟ ਦੀ ਕੇਅਰ ਜਾਂ ਉਹਨੂੰ ਕਿਸ ਹਿਸਾਬ ਨਾਲ ਸਾਂਭਿਆ ਜਾ ਰਿਹਾ ਜਾਂ ਸੇਫਟੀ ਫੋਰਮ 'ਚ, ਇਹ ਰਿਪੋਰਟ ਕੀ ਨਹੀਂ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਇੰਨੀ ਹੈਲਥ ਓਰੀਐਂਟਡ ਆ ਗਈ ਤਾਂ ਇਹਨਾਂ ਸਾਰਿਆਂ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਵਰਲਡ ਹੈਲਥ ਆਰਗਨਾਈਜੇਸ਼ਨ ਹੀ ਉਹ ਸੰਸਥਾ ਜਿਹੜੀ ਆਪਣੇ ਵਰਲਡ ਲੈਵਲ 'ਤੇ ਦੁਨੀਆ ਦੇ ਲੈਵਲ 'ਤੇ ਸਾਂਭਦੀ ਹੈ ਹੈਲਥ ਦੇ, ਕੋਈ ਵੀ ਉਹਨਾਂ ਨੇ ਮਤਲਬ ਜਾਰੀ ਕਰਨਾ ਅੰਤਰਰਾਸ਼ਟਰੀ ਪੱਧਰ 'ਤੇ ਕਿ ਆਹ ਡਿਜ਼ੀਜ਼ ਜਿਹੜਾ ਹੈਗਾ ਕਰੋਨਾ ਨੂੰ ਪੈਂਡੈਮਿਕ ਕਰਦੀ ਹੈ, ਐਂਡੈਮਿਕ ਕਰਦੀ ਹੈ, ਇਹ ਸਾਰਾ ਇਹੀ ਕਰਦੀ ਹੈ। ਤਾਂ ਇਹਨਾਂ ਦੁਆਰਾ ਇਹ ਰਿਪੋਰਟ ਲਿਆਂਦੀ ਗਈ ਹੈ। ਹਾਂ, ਇਹ ਕਈ ਵਾਰ ਛੋਟੇ ਮੋਟੇ ਪੇਪਰਾਂ 'ਚ ਪੁੱਛ ਲੈਂਦੇ ਨੇ ਵੀ ਇਹਦਾ ਹੈੱਡਕੁਆਟਰ ਕਿੱਥੇ ਹੈ, ਤਾਂ ਤੁਹਾਨੂੰ ਪਤਾ ਹੋਵੇ ਕਿ ਇਹਦਾ ਹੈੱਡਕੁਆਟਰ ਜਿਹੜਾ ਹੈਗਾ ਉਹ ਜਨੇਵਾ 'ਚ ਹੈ।
ਜਿਨੇਵਾ ਦੇ ਵਿੱਚ ਸਵਿਟਜ਼ਰਲੈਂਡ ਦਾ ਸਿਟੀ ਹੈ, ਸ਼ਹਿਰ ਹੈ, ਉੱਥੇ ਇਹਦਾ ਹੈੱਡਕੁਆਟਰ ਹੈ, ਤਾਂ ਆਪਾਂ ਨੂੰ ਇਹ ਗੱਲ ਕਲੀਅਰ ਹੋਵੇ। ਠੀਕ ਹੈ, ਬਾਕੀ ਕਿੰਨਾ ਟਨ ਮਿਲਿਆ ਫਲਾਣਾ, ਇਹ ਆਪਣੇ ਕੰਮ ਦੀ ਚੀਜ਼ ਨਹੀਂ। ਬਸ ਆਪਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਜਿਹੜਾ ਐਨਾਲਿਸਿਸ ਹੋਇਆ ਕਿਹਨੇ ਕੀਤਾ ਅਤੇ ਕਿਸ ਪਰਪਜ਼ ਲਈ ਐਨਾਲਿਸਿਸ ਸੀ, ਉਸ ਨੂੰ ਮੈਂ ਦੱਸ ਹੀ ਦਿੱਤਾ। ਅੱਗੇ ਆ ਜਾਓ, ਦੇਖੋ ਆਹ ਪਲੇਅਰ ਬੜਾ ਨਿਊਜ਼ ਦੇ ਵਿੱਚ ਅੱਜ ਕੱਲ੍ਹ, ਕਿਉਂਕਿ ਹੁਣ ਰੀਸੈਂਟ ਵੀ ਇੰਗਲੈਂਡ ਦੀ ਅਤੇ ਨਿਊਜ਼ੀਲੈਂਡ ਦੀ ਸੀਰੀਜ਼ ਚੱਲ ਰਹੀ ਹੈ, ਉਹਦੇ ਵਿੱਚ ਵੀ ਇਹ ਬਹੁਤ ਵਧੀਆ ਪਰਫੋਰਮ ਕਰ ਰਿਹਾ ਡੈਰਿਲ ਮਿਚਲ, ਲਗਾਤਾਰ 100 ਰਨ ਬਣਾਈ ਜਾ ਰਿਹਾ, ਕੰਟੀਨਿਊਸਲੀ 100 ਮਾਰ ਰਿਹਾ। ਇਹਨੂੰ ਨਾਮਜ਼ਦ ਕੀਤਾ ਗਿਆ ਸੀਗਾ ICC ਸਪਿਰਿਟ ਆਫ ਦਾ ਕ੍ਰਿਕਟ ਅਵਾਰਡ 2021 ਦੇ ਵਾਸਤੇ। ਤੁਸੀਂ ਦੱਸਣਾ ਕਿ ਕਿਹੜੇ ਦੇਸ਼ ਦਾ ਪਲੇਅਰ ਹੈ ਇਹ। ਠੀਕ ਹੈ, ਡੈਰਿਲ ਮਿਚਲ, ਜਿਵੇਂ ਹੁਣ ਮੈਂ ਦੱਸਿਆ ਕਿ ਦੋ ਦੇਸ਼ ਨੇ, ਤਾਂ ਦੋਨਾਂ 'ਚੋਂ ਜਾਂ ਇੰਗਲੈਂਡ ਹੋਊਗਾ ਜਾਂ ਨਿਊਜ਼ੀਲੈਂਡ ਹੋਊਗਾ, ਅਤੇ ਇੱਥੇ ਆਪਸ਼ਨ ਦੇ ਵਿੱਚ ਵੈਸੇ ਦੋਨੇ ਨੇ ਫਸ ਸਕਦੇ ਸੀ, ਤਾਂ ਮੇਰੇ ਕੋਲ ਨਿਊਜ਼ੀਲੈਂਡ ਦਾ ਪਲੇਅਰ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਕਿ ਨਿਊਜ਼ੀਲੈਂਡ ਦਾ ਪਲੇਅਰ ਹੈ, ਈਵਨ IPL ਵੀ ਖੇਡਿਆ ਹੈ ਡੈਰਿਲ ਮਿਚਲ। ਜਿਹੜੇ ਕ੍ਰਿਕਟ 'ਚ ਇੰਟਰਸਟ ਰੱਖਦੇ ਨੇ ਉਹਨਾਂ ਲਈ ਤਾਂ ਇਹ ਬਹੁਤ ਆਸਾਨ ਸਵਾਲ ਹੋਣਾ, ਪਰ ਗਰਲਸ ਖਾਸ ਕਰ ਜਿਹੜੀਆਂ ਕ੍ਰਿਕਟ ਨਹੀਂ ਬਹੁਤਾ ਦੇਖਦੀਆਂ ਜਾਂ ਫਿਰ ਜਿਹੜੇ ਕ੍ਰਿਕਟ ਪ੍ਰੇਮੀ ਨਹੀਂ ਹੈਗੇ, ਉਹਨਾਂ ਦੇ ਲਈ ਇਹ ਕੁਐਸਚਨ ਫਸਾਉਣ ਵਾਲਾ ਹੋ ਸਕਦਾ ਕਿ ਕਿਹੜੇ ਦੇਸ਼ ਦਾ ਤੁਹਾਨੂੰ ਪਤਾ ਹੋਵੇ ਕਿ ਇਹ ਨਿਊਜ਼ੀਲੈਂਡ ਦਾ ਸੀਗਾ। ਲਓ ਜੀ ਅੱਗੇ ਆ ਜਾਓ। ਕਹਿੰਦਾ ਵਟ ਵਾਜ਼ ਦਾ ਮਿਸ਼ਨ ਪੀਰੀਅਡ ਫੋਰ ਨੈਸ਼ਨਲ ਹੈਰੀਟੇਜ ਸਿਟੀ ਡਿਵੈਲਪਮੈਂਟ ਐਂਡ ਆਗਮੈਂਟੇਸ਼ਨ ਯੋਜਨਾ। ਹੈਰੀਡੇ, ਦੇਖੋ ਹੈਰੀਡੇ ਇਹ ਜਿਹੜੀ ਸਕੀਮ ਹੈ ਮੇਰੇ ਕੋਲ, ਸੈਂਟਰ ਸੈਕਟਰ ਸਕੀਮ ਹੈ। ਹੁਣ ਦੋ ਚੀਜ਼ਾਂ ਦਾ ਤੁਹਾਨੂੰ ਪਤਾ ਹੋਵੇ, ਇੱਕ ਮੇਰੇ ਕੋਲ ਹੁੰਦਾ ਟਰਮ ਸੈਂਟਰਲ ਸੈਕਟਰ, ਇੱਕ ਮੇਰੇ ਕੋਲ ਹੁੰਦਾ ਸੈਂਟਰਲ ਸਪੋਂਸਰਡ। ਇਹ ਦੋਨਾਂ 'ਚ ਤੁਹਾਨੂੰ ਫਰਕ ਪਤਾ ਹੋਣਾ ਚਾਹੀਦਾ। ਜੇ ਤਾਂ ਕੋਈ ਇਹੋ ਜਿਹੀ ਸਕੀਮ ਭਾਰਤ ਸਰਕਾਰ, ਕੇਂਦਰ ਸਰਕਾਰ ਲੈ ਕੇ ਆਈ ਹੈ ਜਿਹਦੇ ਵਿੱਚ ਸਾਰੇ ਦਾ ਸਾਰਾ ਪੈਸਾ ਉਹਨੇ ਲਾਉਣਾ, ਉਹਨੇ ਨਾ ਸਟੇਟਾਂ ਤੋਂ ਕੋਈ ਪੈਸਾ ਮੰਗਣਾ, ਕਿਸੇ ਥਰਡ ਪਾਰਟੀ ਤੋਂ ਪੈਸਾ ਮੰਗਣਾ ਹੀ ਨਹੀਂ ਹੈਗਾ, ਉਹਨੂੰ ਤਾਂ ਅਸੀਂ ਕਹਿ ਰਹੇ ਹਾਂ ਸੈਂਟਰ ਸੈਕਟਰ ਸਕੀਮ, ਮਤਲਬ ਸਾਰੇ ਦੀ ਸਾਰੀ ਸੈਂਟਰ ਦੀ ਹੀ ਫੰਡਿੰਗ ਉਹਦੇ ਵਿੱਚ ਆਊਗੀ। ਹੁਣ ਕਈ ਸਕੀਮਾਂ ਇਹੋ ਜਿਹੀਆਂ ਵੀ ਨੇ ਜਿਹਦੇ ਵਿੱਚ ਸਟੇਟਸ ਵੀ ਹਿੱਸਾ ਦਿੰਦੀਆਂ, ਜਿਵੇਂ ਕਿ 60-40 ਦੀ ਰੇਸ਼ੋ ਹੁੰਦੀ ਹੈ, 50-50 ਦੀ ਰੇਸ਼ੋ ਹੁੰਦੀ ਹੈ ਦੋਨਾਂ ਦੇ ਵਿੱਚ, ਉਹ ਸਕੀਮਾਂ ਸਾਰੀਆਂ ਕਹਾਉਂਦੀਆਂ ਨੇ ਸੈਂਟਰ ਸਪੋਂਸਰਡ ਸਕੀਮਾਂ, ਜਿਹਦੇ ਵਿੱਚ ਯਾਨੀ ਕਿ ਦੋਨਾਂ ਦੀ ਭਾਈਵਾਲ ਹੋਊਗੀ, ਸੂਬਿਆਂ ਦੀ ਵੀ ਹੋਊਗੀ ਅਤੇ ਕੇਂਦਰ ਦੀ ਵੀ ਹੋਊਗੀ। ਇਹ ਕਈ ਵਾਰ ਟਰਮ ਉਲਝਾਉਂਦੇ ਆ ਪੇਪਰ 'ਚ ਕਿਸੇ ਵੀ ਸਕੀਮ ਨੂੰ ਲੈ ਕੇ, ਜੇ 2-3 ਪੁਆਇੰਟਾਂ ਦੇ ਵਿੱਚ ਕੁਐਸਚਨ ਬਣਾਉਣਾ ਹੋਵੇ ਨਾ ਸਕੀਮ ਦਾ, ਤਾਂ ਪਹਿਲਾ ਪੁਆਇੰਟ ਤਾਂ ਇਹ ਲਿਖ ਦਿੰਦੇ ਨੇ ਵੀ ਇਟ ਇਜ਼ ਏ ਸੈਂਟਰ ਸੈਕਟਰ ਸਕੀਮ ਜਾਂ ਫਿਰ ਇਹ ਮੇਰੇ ਕੋਲ ਸੈਂਟਰ ਸਪੋਂਸਰ ਸਕੀਮ ਹੈ। ਤਾਂ ਮੈਂ ਹੁਣ ਉਮੀਦ ਕਰਦਾ ਜਿਨ੍ਹਾਂ ਨੂੰ ਪਤਾ ਸੀ, ਬਹੁਤ ਵਧੀਆ ਗੱਲ ਆ, ਜਿਨ੍ਹਾਂ ਨੂੰ ਨਹੀਂ ਪਤਾ ਸੀ ਹੁਣ ਕਲੀਅਰ ਹੋ ਗਿਆ ਹੋਊਗਾ। ਹੁਣ ਤੋਂ ਜਦੋਂ ਕਿਸੇ ਸਕੀਮ ਨੂੰ ਪੜ੍ਹਨਾ ਤਾਂ ਆਹ ਚੀਜ਼ ਜ਼ਰੂਰ ਧਿਆਨ ਦੇਣਾ ਵੀ ਇਹ ਸਪੋਂਸਰ ਸਕੀਮ ਸੀਗੀ ਜਾਂ ਫਿਰ ਸੈਕਟਰ ਸਕੀਮ ਸੀ, ਕਿਉਂਕਿ PPSC ਦੇ ਖਾਸ ਕਰ ਸਵਾਲਾਂ ਦੇ ਵਿੱਚ ਇਹ ਪੁਆਇੰਟ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲੂਗਾ ਹੀ ਮਿਲੂਗਾ ਕਿ ਇੱਕ ਪੁਆਇੰਟ ਉਹ ਐਡ ਕਰਨਗੇ ਕਿ ਇਹਦੇ 'ਚ ਗਲਤੀ ਵੀ ਕਰਵਾਉਣਗੇ ਕਿ ਇਹ ਸਪੋਂਸਰਡ ਹੈ ਜਾਂ ਸੈਕਟਰ ਸਕੀਮ ਹੈ। ਲਓ ਜੀ, ਇਹ ਤਾਂ ਰਹੀ ਮੋਟੀ ਮੋਟੀ ਗੱਲ ਕਿ ਆਪਾਂ ਸਕੀਮ ਨੂੰ ਹੁਣ ਪੜ੍ਹਨਾ ਕਿਵੇਂ ਹੋਊਗਾ। ਹੁਣ ਇਹ ਸਕੀਮ ਦੇ ਵਿੱਚ ਕੀ ਹੈ, ਸੈਂਟਰ ਸੈਕਟਰ ਸਕੀਮ ਸੀ 2015 ਦੇ ਵਿੱਚ ਲਾਂਚ ਕੀਤੀ ਗਈ ਸੀ, 12 ਸਿਟੀਆਂ ਦੇ ਵਿੱਚ ਇਹਨੂੰ ਲਾਂਚ ਕੀਤਾ ਸੀਗਾ। ਮਤਲਬ ਕੁੱਲ ਮਿਲਾ ਕੇ ਤਾਂ ਇਹੀ ਸੀਗਾ ਕਿ ਉਹ ਜਿਹੜੀਆਂ ਸਿਟੀਜ਼ ਸੀਗੀਆਂ ਉਹਨਾਂ ਦੀ ਡਿਵਲਪਮੈਂਟ ਕਰਨੀ ਹੈ ਤਾਂ ਕਿ ਟੂਰਿਸਟ ਵਾਸਤੇ ਉਹਨੂੰ ਬੜਾਵਾ ਮਿਲ ਸਕੇ, ਉਹ ਸਿਟੀਆਂ ਨੂੰ ਆ ਕੇ ਲੋਕ ਵਿਜ਼ਿਟ ਕਰਨ, ਸਾਡੇ ਦੇਸ਼ ਦੇ ਵੀ ਵੱਖ ਵੱਖ ਸੂਬਿਆਂ ਦੇ ਟੂਰਿਜ਼ਮ ਵਾਸਤੇ ਜਾਣ, ਜਾਂ ਬਾਹਰਲੇ ਹੋਰ ਸਾਡੇ ਦੇਸ਼ਾਂ ਦੇ ਵਿੱਚੋਂ ਟੂਰਿਜ਼ਮ ਨੂੰ ਬੜਾਵਾ ਦਿੱਤਾ ਜਾ ਸਕੇ, ਇਹ ਪਰਪਸ ਸੀ। ਸਵਾਲ ਪੁੱਛਿਆ ਗਿਆ ਸੀਗਾ ਕਿ ਇਹ ਕਿਹੜੇ ਸਮੇਂ ਤੋਂ ਕਿਹੜੇ ਸਮੇਂ ਤੱਕ ਵਾਸਤੇ ਜਿਹੜੀ ਇਹਨੂੰ ਪੀਰੀਅਡ ਦਿੱਤਾ ਗਿਆ ਸੀਗਾ ਵੀ ਕੁਛ ਅਮਾਊਂਟ ਦੇ ਕੇ, ਮਤਲਬ ਇਹਦੇ 'ਤੇ ਵੀ ਇੰਨੇ ਸਮੇਂ ਦੇ ਵਿੱਚ ਆਹ ਅਮਾਊਂਟ ਲਾਤੀ, ਜਿਵੇਂ ਅੰਮ੍ਰਿਤਸਰ ਸਿਟੀ ਦੀ ਡਿਵਲਪਮੈਂਟ ਕਰਨੀ ਹੈ, ਜਾਂ ਕੋਈ ਹੋਰ ਤੇਲੰਗਾਨਾ ਦਾ ਸ਼ਹਿਰ ਆ, ਵਰੰਗਲ ਦਾ ਨਾਮ ਆਇਆ ਕਿ ਇਹਨੂੰ ਤੁਸੀਂ ਨੇ ਡਿਵਲਪ ਕਰਨਾ, ਤਾਂ ਇਹ ਸਕੀਮ 2015 ਤੋਂ 19 ਤੱਕ ਸੀਗੀ ਜਿਹੜੀ ਇਹਦੇ ਇੰਪਲੀਮੈਂਟੇਸ਼ਨ ਪੀਰੀਅਡ ਸੀਗਾ, ਤਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ। ਅੱਗੇ ਆ ਜਾਓ, ਮੇਨਲੀ ਅੱਜ ਕੱਲ੍ਹ ਸਵਾਲ ਕਿਵੇਂ ਦਾ ਬਣ ਰਿਹਾ, ਸਕੀਮ ਦਾ ਨਾਮ ਲਿਖ ਕੇ ਪੁੱਛ ਦਿੰਦੇ ਨੇ ਕਿਹੜੇ ਸਾਲ 'ਚ ਸ਼ੁਰੂ ਹੋਈ ਸੀ, 17 'ਚ, 18 'ਚ, 15 'ਚ, 14 'ਚ, ਤਾਂ ਆਪਾਂ ਨੂੰ ਪਤਾ ਹੋਵੇ ਕਿ ਇਹ ਸਕੀਮ 2015 'ਚ ਸ਼ੁਰੂ ਹੋਈ ਸੀ ਅਤੇ 12 ਸਿਟੀਆਂ 'ਚ ਲਾਂਚ ਕੀਤੀ ਸੀਗੀ। ਠੀਕ ਹੈ, ਅੱਗੇ ਆ ਜਾਓ, ਅਗਲੇ ਸਵਾਲ 'ਤੇ ਗੱਲ ਕਰਦੇ ਹਾਂ। ਅਗਲਾ ਸਵਾਲ ਕੀ ਹੈ ਕਿ ਹਾਲ ਹੀ ਦੇ ਵਿੱਚ ਇਹ ਜਗ੍ਹਾ ਪਨੌਰਾ ਧਾਮ, ਇੰਗਲਿਸ਼ ਵਾਲੇ ਵੀ ਦੇਖ ਸਕਦੇ ਆ, ਇਹਦਾ ਨਾਮ ਹੈਗਾ ਪਨੌਰਾ ਧਾਮ। ਵੱਖਰੇ ਵੱਖਰੇ ਧਾਮ ਨੇ ਸਾਡੇ ਕੋਲ, ਠੀਕ ਹੈ, ਹਿੰਦੂ, ਜਦੋਂ ਆਪਾਂ ਹਿੰਦੂਇਜ਼ਮ ਦੇ ਵਿੱਚ ਗੱਲ ਕਰਦੇ ਹਾਂ ਤਾਂ ਵੱਖਰੇ ਵੱਖਰੇ ਧਾਮਾਂ ਦੇ ਲੋਕ ਵਿਜ਼ਿਟ ਕਰਦੇ ਨੇ ਜਾ ਕੇ, ਜਿਵੇਂ ਸਾਡੇ ਪੰਜ ਆਪਾਂ ਤਖਤਾਂ 'ਤੇ ਜਾਂਦੇ ਹਾਂ, ਐਵੇਂ ਹਿੰਦੂਆਂ ਦੇ ਵੀ ਧਾਮ ਬਣੇ ਹੋਏ ਨੇ, ਠੀਕ ਹੈ, ਜਿਨ੍ਹਾਂ ਦੇ ਉੱਤੇ ਵਿਜ਼ਿਟ ਕਰਦੇ ਨੇ ਉਹ, ਉਹਨਾਂ ਦੇ ਤੁਸੀਂ ਕਹਿ ਸਕਦੇ ਹੋ ਰਿਲੀਜੀਅਸ ਐਂਗਲ ਤੋਂ, ਤਾਂ ਐਵੇਂ ਹੀ ਇਹ ਇੱਕ ਧਾਮ ਹੈ, ਇਹ ਉਹਦੇ ਪੰਜਾਂ 'ਚੋਂ ਤਾਂ ਨਹੀਂ ਆਉਂਦਾ ਹੈਗਾ, ਇਹ ਅਲੱਗ ਧਾਮ ਆਪਣੇ ਆਪ ਦੇ ਵਿੱਚ। ਇਹ ਪੁੱਛਿਆ ਕਿ ਕਿੱਥੇ ਹੈ, ਇਹ ਬਿਹਾਰ 'ਚ, ਨਿਊਜ਼ 'ਚ ਸੀਗਾ, ਕਿਉਂ ਨਿਊਜ਼ 'ਚ ਸੀ ਉਹ ਆਪਾਂ ਦੇਖਦੇ ਹਾਂ। ਹੁਣ ਇੱਕ ਸਕੀਮ ਹੈ, ਸਕੀਮ ਦਾ ਨਾਮ ਹੈਗਾ ਪ੍ਰਸ਼ਾਦ ਸਕੀਮ, PRASHAD, ਪ੍ਰਸ਼ਾਦ ਸਕੀਮ। ਇਹਦੀ ਫੁੱਲ ਫੋਰਮ ਕੀ ਹੈ, ਇੱਥੇ ਕਿਤੇ ਲਿਖੀ ਨਹੀਂ, ਭੁੱਲ ਗਏ, ਤੁਸੀਂ ਕਮੈਂਟ ਦੇ ਵਿੱਚ ਜ਼ਰੂਰ
ਇਹਦੀ ਫੁੱਲ ਫਾਰਮ ਲਿਖਿਓ ਤਾਂ ਕਿ ਬਾਕੀ ਵੀ ਉਸ ਕਮੈਂਟ ਨੂੰ ਪੜ੍ਹ ਸਕਣ ਕਿ ਇਹਦੀ ਕੀ ਫੁੱਲ ਫਾਰਮ ਹੁੰਦੀ ਹੈ। ਠੀਕ ਹੈ, ਮੈਂ ਦੱਸਦਾ ਕਿ ਸਕੀਮ 'ਚ ਹੈ ਕੀ ਆ, ਇੱਕ ਐਗਜ਼ਾਮਪਲ ਲੈ ਕੇ ਸਮਝਾਉਣਾ। ਪ੍ਰਸ਼ਾਦ ਸਕੀਮ ਇਹ ਵੀ ਟੂਰਿਜ਼ਮ ਨੂੰ ਬੜਾਵਾ ਦੇਣ ਵਾਸਤੇ ਸਾਡੀ ਜਿਹੜੀ ਟੂਰਿਜ਼ਮ ਮਿਨਿਸਟਰੀ ਆ ਉਹਦੀ ਉਹ ਸਕੀਮ ਹੈ। ਹੁਣ ਜਿਵੇਂ ਕਿ ਆਪਣੇ ਆਪਾਂ ਗੱਲ ਕਰੀਏ ਗੋਲਡਨ ਟੈਂਪਲ ਦੀ, ਹਰਿਮੰਦਰ ਸਾਹਿਬ ਦੀ, ਹਰਿਮੰਦਰ ਸਾਹਿਬ ਦੇ ਵਿੱਚ ਕਿੰਨੇ ਲੋਕਾਂ ਦਾ ਲੰਗਰ ਹੈ ਨਾ ਬਣਦਾ ਰੋਜ਼ਾਨਾ, ਕਿੰਨੇ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ। ਹੁਣ ਉਹ ਲੰਗਰ ਦੇ ਵਿੱਚ ਜਿਹੜਾ ਸਮਾਨ ਦੁਕਾਨਾਂ ਤੋਂ ਆਉਂਦਾ, ਆਟਾ ਵੀ ਆਉਂਦਾ, ਦਾਲਾਂ ਸਬਜ਼ੀਆਂ ਸਭ ਕੁਛ ਆਉਂਦਾ, ਉਹਦੇ ਉੱਤੇ GST ਲੱਗਦਾ। ਠੀਕ ਹੈ, ਹੁਣ ਸਰਕਾਰ ਇਸ ਸਕੀਮ ਦੇ ਤਹਿਤ ਕੀ ਕਰਦੀ ਹੈ, ਕੁਛ ਸ਼ਰਤਾਂ ਰੱਖਦੀ ਹੈ ਵੀ ਜਿਹੜੇ ਆਹ ਸ਼ਰਤਾਂ ਕੋਈ ਵੀ ਪਰਟੀਕੁਲਰ ਧਾਰਮਿਕ ਜਾਂ ਤੁਸੀਂ ਕਹਿ ਲਓ ਸਮਾਜਿਕ ਕੋਈ ਵੀ ਥਾਂ ਜਿਹੜੀ ਟੂਰਿਜ਼ਮ ਵਾਸਤੇ ਹੋ ਸਕਦੀ ਹੈ ਉਹ ਸ਼ਰਤਾਂ ਨੂੰ ਪੂਰੀਆਂ ਕਰਦੀ ਹੈ, ਤਾਂ ਉਹਦੇ ਨਾਲ ਕੀ ਹੋਊਗਾ ਕਿ ਉਹ ਜਗ੍ਹਾ ਦਾ ਇਹ ਸੈਂਟਰ ਆਪਦੇ ਵਾਲਾ ਹਿੱਸਾ, ਤੁਹਾਨੂੰ ਪਤਾ ਕਿ ਦੋਨਾਂ ਦਾ ਇੱਕ ਸੈਂਟਰ ਦਾ CST ਹੋਊਗਾ, ਠੀਕ ਹੈ, ਇੱਕ ਸਟੇਟਸ ਦਾ CST ਵਾਲਾ ਹਿੱਸਾ ਹੋਊਗਾ 50-50%। ਸਟੇਟ ਨੇ ਤਾਂ ਪਹਿਲੀ ਵੈਸੇ ਹਰਿਮੰਦਰ ਸਾਹਿਬ ਦਾ ਮਾਫ਼ ਕੀਤਾ ਹੋਇਆ ਸੀਗਾ, ਸੈਂਟਰ ਨੇ ਵੀ ਪਿੱਛੇ ਜੇ ਕੀਤਾ ਸੀਗਾ ਮਾਫ਼, ਯਾਨੀ ਕਿ ਉਹਨਾਂ ਤੋਂ ਸਿਰਫ ਟੈਕਸ ਕੱਟ ਕੇ ਜੋ ਅਮਾਊਂਟ ਉਹਦੀ ਬਣਦੀ ਆ ਉਹੀ ਉਹ ਪੇ ਕਰਦੇ ਨੇਗੇ ਉਹ ਚੀਜ਼ਾਂ ਨੂੰ ਖਰੀਦਣ ਵਾਸਤੇ। ਤਾਂ ਇਹੋ ਜਿਹੀਆਂ ਇਹੋ ਜਿਹੀਆਂ ਚੀਜ਼ਾਂ ਪ੍ਰਸ਼ਾਦ ਸਕੀਮ ਦੇ ਅੰਡਰ ਸੀ। ਮੋਟਿਵ ਕੀ ਹੈ ਕਿ ਟੂਰਿਜ਼ਮ ਨੂੰ ਬੜਾਵਾ ਦਿੱਤਾ ਜਾਵੇ, ਟੂਰਿਜ਼ਮ ਵੱਧ ਤੋਂ ਵੱਧ ਉੱਥੇ ਵਿਜ਼ਿਟ ਹੋਵੇ, ਕਿਉਂਕਿ ਟੂਰਿਜ਼ਮ ਇੰਡਸਟਰੀ ਆਪਣੇ ਆਪ ਦੇ ਵਿੱਚ ਦੇਸ਼ ਨੂੰ, ਕਈ ਤੁਸੀਂ ਦੇਖੋ ਕਈ ਤਾਂ ਦੇਸ਼ ਇਹਦੇ 'ਤੇ ਡਿਪੈਂਡੈਂਟ ਨੇ ਕਿ ਟੂਰਿਜ਼ਮ, ਜਿਵੇਂ ਹੁਣ ਤਾਂ ਆਪਾਂ ਦੁਬਈ ਵਰਗੇ ਸਿਟੀ ਉੱਥੇ ਕੀ ਹੈ, ਦੁਬਈ ਟੂਰਿਜ਼ਮ ਦੇ ਸਿਰ 'ਤੇ ਤਾਂ ਖੜ੍ਹਾ, ਲੋਕ ਜਾਂਦੇ ਨੇ ਅਤੇ ਉਹਨਾਂ ਦੀ ਪੂਰੀ ਇਕੋਨਮੀ। ਤਾਂ ਇਹ ਸਕੀਮ ਦੇ ਤਹਿਤ ਕੋਸ਼ਿਸ਼ ਕੀਤੀ ਗਈ ਹੈ। ਅਤੇ ਇਹਦੇ ਵਿੱਚ ਹੁਣ ਇਹ ਕਿਉਂ ਜ਼ਿਕਰ 'ਚ ਆਇਆ, ਇਸ ਥਾਂ ਨੂੰ ਵੀ ਪ੍ਰਸ਼ਾਦ ਸਕੀਮ ਦੇ ਅੰਡਰ ਇਨਕਲੂਡ ਕਰ ਲਿਆ ਗਿਆ ਸੀਗਾ ਵੀ ਪ੍ਰਸ਼ਾਦ ਸਕੀਮ ਦੇ ਤਹਿਤ ਇਹਨਾਂ ਨੂੰ ਵੀ ਕੋਈ ਬੈਨੀਫਿਟ ਦਿੱਤਾ ਗਿਆ ਹੋਊਗਾ ਜ਼ਰੂਰ, ਤਾਂ ਕਿ ਇੱਥੇ ਵੀ ਟੂਰਿਜ਼ਮ ਨੂੰ ਬੜਾਵਾ ਦਿੱਤਾ ਜਾ ਸਕੇ। ਤਾਂ ਕਰਕੇ ਇਹ ਨਿਊਜ਼ 'ਚ ਆਈ ਅਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਿਹਾਰ ਦਾ ਜਿਹੜਾ ਬੋਧਗਿਆ ਵਾਲਾ ਇਲਾਕਾ ਉੱਥੇ ਹੈ। ਠੀਕ ਹੈ, ਲਓ ਜੀ ਅੱਗੇ ਚੱਲਦੇ ਹਾਂ। ਅਗਲਾ ਸਵਾਲ ਮੇਰੇ ਕੋਲ ਹੈਗਾ ਕਿ ਕਿਹੜੀ ਕੰਟਰੀ ਨੇ ਦੁਬਾਰਾ ਰੀਲੌਂਚ ਕੀਤਾ ਕੈਂਸਰ ਮੂਨ ਸ਼ੂਟ ਪ੍ਰੋਗਰਾਮ, ਮੂਨ ਸ਼ੋਟ ਪ੍ਰੋਗਰਾਮ, ਇੰਪੋਰਟੈਂਟ ਹੈ ਸਵਾਲ। ਮੂਨ ਸ਼ੋਟ ਪ੍ਰੋਗਰਾਮ ਜਿਹੜਾ ਮੇਰੇ ਕੋਲ ਹੈਗਾ ਇਹਨੂੰ USA ਨੇ, USA ਦੇ ਵਿੱਚ ਪਹਿਲਾਂ ਵੀ ਸੀ ਕੈਂਸਰ ਦੇ, ਦੇਖੋ ਇਹਨੂੰ ਬੇਸਿਕਲੀ ਪ੍ਰੋਗਰਾਮ ਨੂੰ ਓਬਾਮਾ ਲੈ ਕੇ ਆਇਆ ਸੀ ਜਿਹੜਾ ਇਸ ਤੋਂ ਪਹਿਲਾਂ, ਕਿਉਂਕਿ ਇਸ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕੌਣ ਸੀਗਾ ਇਹਨਾਂ ਦਾ US ਦਾ ਪ੍ਰੈਜ਼ੀਡੈਂਟ, ਉਸ ਤੋਂ ਪਹਿਲਾਂ ਓਬਾਮਾ ਸੀਗਾ, ਓਬਾਮਾ ਇਹ ਸਕੀਮ ਲੈ ਕੇ ਆਇਆ ਸੀਗਾ। ਮੋਟਿਵ ਕੀ ਹੈ ਕਿ ਅਮੈਰੀਕਾ ਦੇ ਵਿੱਚ ਜਿਹੜੇ ਕੈਂਸਰ ਪੀੜਿਤ ਲੋਕ ਨੇ ਉਹਨਾਂ ਦੀ ਸੰਖਿਆ ਨੂੰ ਘਟਾਇਆ ਜਾਵੇ, ਕੈਂਸਰ ਦਾ ਇਲਾਜ ਸੰਭਵ ਕਰਿਆ ਜਾਵੇ, ਜਾਂ ਫਿਰ ਪ੍ਰੀ ਸਟੇਟ ਪਹਿਲਾਂ ਹੀ ਵੀ ਪਹਿਲੀ ਦੂਜੀ ਸਟੇਜ 'ਤੇ ਪਤਾ ਲੱਗ ਸਕੇ ਵੀ ਕੈਂਸਰ ਦੀ ਬਿਮਾਰੀ, ਕਿਉਂਕਿ ਫਿਰ ਹੀ ਉਹਦਾ ਟ੍ਰੀਟਮੈਂਟ ਹੋ ਸਕਦਾ, ਜੇ ਲਾਸਟ ਸਟੇਜਾਂ 'ਤੇ ਪਹੁੰਚ ਗਿਆ ਫਿਰ ਤਾਂ ਕੈਂਸਰ ਦਾ ਕੋਈ ਹੱਲ ਨਹੀਂ। ਕੁੱਲ ਮਿਲਾ ਕੇ ਕੈਂਸਰ ਓਰੀਐਂਟਡ ਸਕੀਮ ਸੀ, ਅਤੇ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਕਿਹੜੇ ਦੇਸ਼ ਦੀ ਸੀ ਇਹ ਕੈਂਸਰ ਮੂਨ ਸ਼ੋਟ। ਦੁਬਾਰਾ ਫਿਰ ਇਹਨਾਂ ਨੇ ਇਹ ਜਿਹੜੀ ਬਾਈਡਨ ਵਾਲੀ ਹੈਗੀ ਆ ਸਰਕਾਰ, ਇਹਨਾਂ ਨੇ ਦੁਬਾਰਾ ਰੀਲੌਂਚ ਕੀਤਾ, ਇਹਨੂੰ ਦੁਬਾਰਾ ਸ਼ੁਰੂ ਕੀਤਾ ਇਸ ਸਕੀਮ ਨੂੰ, ਤਾਂ ਅਮਰੀਕਾ ਦਾ ਜਾਂ USA ਦਾ ਪ੍ਰੋਪਰ ਆਂਸਰ ਹੋ ਗਿਆ। ਅੱਗੇ ਆ ਜਾਓ, ਇੰਟਰਨੈਸ਼ਨਲ ਡੇ ਆਫ ਹਿਊਮਨ ਫਰਟਰਨਿਟੀ। ਫਰਟਰਨਿਟੀ ਕੀ ਹੁੰਦਾ ਕਿ ਭਾਈਚਾਰਾ, ਠੀਕ ਹੈ, ਲੋਕਾਂ ਦੇ ਵਿੱਚ ਆਪਸੀ ਭਾਈਚਾਰੇ ਦਾ ਦਿਵਸ ਕਦੋਂ ਮਨਾਇਆ ਜਾਂਦਾ। ਇਹ ਮੇਰੇ ਕੋਲ ਇਹਦਾ ਕਰੈਕਟ ਆਂਸਰ ਹੈਗਾ 4 ਫਰਵਰੀ, 4 ਫਰਵਰੀ ਨੂੰ ਇਹ ਇੰਟਰਨੈਸ਼ਨਲ ਲੈਵਲ 'ਤੇ ਮਨਾਇਆ ਜਾਂਦਾ। ਠੀਕ ਹੈ, 2020 ਦੇ ਵਿੱਚ ਕਹਿੰਦਾ ਜਿਹੜਾ ਯੂਨਾਈਟਡ ਨੇਸ਼ਨ ਜਨਰਲ ਅਸੈਂਬਲੀ ਸੀਗੀ ਉਹਨੇ ਇਹ ਦਿਨ ਸ਼ੁਰੂ ਕੀਤਾ ਸੀਗਾ ਵੀ ਆਪਾਂ 4 ਫਰਵਰੀ ਨੂੰ ਇਹ ਡੇ ਮਨਾਵਾਂਗੇ, ਇੰਟਰਨੈਸ਼ਨਲ ਡੇ ਆਫ ਹਿਊਮਨ ਫਰਟਰਨਿਟੀ। ਤਾਂ ਫੈਕਚੁਅਲ ਸਵਾਲ ਹੈ, ਸਾਨੂੰ ਪਤਾ ਹੋਣਾ ਚਾਹੀਦਾ। ਤੁਹਾਡੇ ਵਾਸਤੇ ਇੱਕ ਸਵਾਲ ਹੈ, ਇਹਦਾ ਥੀਮ ਦੱਸੋ ਕੀ ਹੈ, ਕਮੈਂਟ ਬਾਕਸ ਦੇ ਵਿੱਚ ਕਰਿਓ ਕਮੈਂਟ, ਕਿਉਂਕਿ ਕਈ ਵਾਰ ਥੀਮ ਵੀ ਪੁੱਛ ਲੈਂਦੇ ਨੇ ਇਹੋ ਜਿਹੇ ਡੇਜ਼ 'ਤੇ। ਜੇ UNGA ਯੂਨਾਈਟਡ ਨੇਸ਼ਨ ਸੰਯੁਕਤ ਰਾਸ਼ਟਰ ਨਾਲ ਰਿਲੇਟਡ ਚੀਜ਼ ਆ ਗਈ ਤਾਂ ਓਬੀਅਸ ਜੀ ਗੱਲ ਹੈ ਕਿ ਇੰਪੋਰਟੈਂਟ ਹੋ ਗਈ ਹੈ ਸਾਡੇ ਲਈ, ਜੇ ਉਹਨੇ ਇਹ ਗੱਲ ਬੋਲਤੀ ਕਿ ਆਹ ਡੇ ਨੂੰ ਐਵੇਂ ਮਨਾਵਾਂਗੇ, ਤਾਂ ਇਹਦਾ ਤੁਸੀਂ ਇਹ ਥੀਮ ਦੱਸਣਾ। ਵੈਸੇ ਬੜਾ ਸੌਖਾ ਮੈਨੂੰ ਪਤਾ, ਪਰ ਮੈਂ ਚਾਹੁੰਦਾ ਕਿ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰੋ, ਇਹਦੇ 'ਚ ਲਿਖਿਆ ਨਹੀਂ ਹੋਇਆ ਤਾਂ ਜ਼ਰੂਰ ਕਮੈਂਟ ਕਰਿਓ। ਅੱਗੇ ਆ ਰਿਹੋ, ਇੰਪੋਰਟੈਂਟ ਸਵਾਲ ਹੈ, ਸਟੈਚੂ ਆਫ ਇਕੁਆਲਿਟੀ। ਠੀਕ ਹੈ, ਹੈਦਰਾਬਾਦ ਦੇ ਵਿੱਚ ਲਾਇਆ ਗਿਆ, ਕਿਹੜੇ ਭਗਤੀ ਸੰਤ ਦਾ ਇਹ ਸਟੈਚੂ ਹੈ ਜਿਹਨੂੰ ਸਟੈਚੂ ਆਫ ਇਕੁਆਲਿਟੀ ਬੋਲਿਆ ਗਿਆ, ਇਹ ਉੱਥੇ ਸਥਾਪਿਤ ਕੀਤਾ ਗਿਆ ਜਾਂ ਫਿਰ ਲਾਇਆ ਗਿਆ ਹੈਦਰਾਬਾਦ 'ਚ? 3-4 ਸਵਾਲ ਬਣ ਗਏ, ਕਿੱਥੇ ਲੱਗਿਆ ਸਟੈਚੂ ਆਫ ਇਕੁਆਲਿਟੀ? ਹੈਦਰਾਬਾਦ 'ਚ ਲੱਗਿਆ। ਦੂਜਾ ਇਹੀ ਸਵਾਲ ਹੈ ਕਿ ਕਿਹੜੇ ਭਗਤੀ ਸੰਤ ਦਾ ਸਟੈਚੂ ਆ ਉਹ? ਠੀਕ ਹੈ, ਇਹਦਾ ਕਰੈਕਟ ਆਂਸਰ ਹੈਗਾ ਰਾਮਾਨੁਜਾਚਾਰਿਆ, ਰਾਮਾਨੁਜਾਚਾਰਿਆ ਜੀ ਦਾ ਇਹ ਜਿਹੜਾ ਮੇਰੇ ਕੋਲ ਆਪਾਂ ਕਹਿੰਦੇ ਹਾਂ ਸਟੈਚੂ ਆ, 5 ਤੱਤਾਂ ਨੂੰ ਮਿਲ ਕੇ ਬਣਾਇਆ ਇਹ ਸਟੈਚੂ। 2-3 ਗੱਲਾਂ ਹੋਰ ਇਹਦੇ ਬਾਰੇ ਬੜੀਆਂ ਇੰਪੋਰਟੈਂਟ ਨੇ। 216 ਫੁੱਟ ਦਾ ਸਟੈਚੂ ਆ, 216 ਫੁੱਟ ਦਾ, ਇੰਨਾ ਉੱਚਾ ਹੈ।
ठीक है, बैठे वाली अवस्था जै मतलब बैठे हुए ने वो बैठे हुए स्टैचुओं की जो दुनिया भर के गल कर लिए दूजे नंबर का सब तो उच्चा स्टैचू है। पहले नंबर पर कि स्टैचू है थोड़े वास्ते सवाल है, तुम कमेंट बॉक्स दसोगे कि बैठी अवस्था च सिटिंग पोजिशन हो सब तो उच्चा स्टैचू होना दस देना भी लॉर्ड बुद्धा का है। तुम मैं दसना कि लॉर्ड बुद्धा का किन्ने मीटर उच्चा है तो कि थान के उत्ते हैगा, इन्नी सर्च तुम करो गूगल तो। मैं उम्मीद करता कि तुम जरूर कमेंट बॉक्स आंसर करोगे। लो अगे आ जाओ, ये बारे सानू होर गल्लां की पता होण। 216 फिट उच्चा है, हैदराबाद के हैगा। किदा स्टैचू है? रामानुजाचार्य जी का स्टैचू है। रामानुजाचार्य स्टैचू है तो बनया हुआ पंचोला, मतलब पंच तत्तों तो मिलकर बनया। गोल्ड वरत्या, सोना चांदी ब्रोंज कांसा जिंक वरत्या तो कॉपर, आ मेरे को पंच तत्त वरते हैं जिन्हों मिला के ये स्टैचू को बनाया गया है। अगली गल ये भी पूछ सकते हैं कि रामानुजाचार्य जी जिमें वक्रिया वक्रिया फिलोसफिया से जिन्हें भी भगती संत हुए ने वो अपनी अपनी वक्री वक्री फिलोसफी उन्होंने लोगों के स्प्रैड की थी। इन्हां दी जिहड़ी फिलोसफी सी वो सी विशिष्ट अद्वैता, विशिष्ट अद्वैता वेदांता की जिहड़ी फिलोसफी सी वो इन्होंने पूरी दुनिया के स्प्रैड की। इन्हों तो बड़े बड़े कबीर वर्गे जिमें संत कबीर वर्गे वो भी बहुत इन्फ्लुएंस सी, मतलब इन्हों तो बहुत ज़्यादा प्रभावित सी इन्हों के शैली के हेठ, इन्हों की जो शैली सी जां जिमें इन्होंने इहदा प्रचार किया उस चीज़ तो फुली प्रभावित सी। तो इन्हों बारे इन्नी क गल सानू पता होवे तां सफिशेंट है, यानी कि एंशंट इंडिया के एंगल तो यह सवाल बन सकता जे रामानुजाचार्य जी भी न्यूज़ च आ गए तो। हाँ एक गल होर, कितों के सैंत सी? तीन चार तरह के सवाल बनते होंगे ने, किसी संत का नाम लिखता जिहड़े भगती संत किहड़े इलाके दे विच होए ने जिथे इन्होंने अपना प्रचार किया, तो इलाका सीगा तमिलनाडु। तमिलनाडु दे विच इन्होंने आ सारा अपना प्रचार किया, उत्थों शुरू किया सी, बाद च तो होर भी जगह पर यह गए, पर जे पुछा जांदा क्वेश्चन तो थोड़ा आंसर बनना चाहिए तमिलनाडु। लो जी इन्नी मैनू लगता कि थोड़ी थोड़ी एक्स्ट्रा नॉलेज मिल गई होगी इस सवाल तो, जिहड़े होर तरह के सवाल घूम सकते हैं। वर्ल्ड कैंसर डे, देखो जी वर्ल्ड कैंसर डे 2022 भी जिहड़ा हैगा हर साल चार फरवरी नूं मनाया जांदा। इहदे च उल्टा पुछ लिया कि थीम दस दो की है जां इहदा स्लोगन की सीगा, क्लोज द केयर गैप। क्लोज द केयर गैप की है जी इहदा थीम सीगा। सीधा रट्टे जिहड़ा सवाल है, मैनूं लगदा इहदे च कुछ बड़ा पुछण दसण वाला तां है नहीं, बस रट्टा ला लिओ क्योंकि इहो जिहा सवाल भी इक अद्धा पुछ लैंदे ने, नहीं पता लगदा पेपर का। आ जाओ जी, इंडियन आर्मी ने जिहड़ी भारतीय साडी सेना है उन्हें एक कंट्रैक्ट साइन किया, किहड़ी कंपनी दे नाल कंट्रैक्ट साइन किया? आ मिजाइलां बनाउणियां ने, कॉनकुरस एम मिजाइल्स इहनू बनाउण वास्ते। यह एंटी टैंक मिजाइल्स ने, एंटी टैंक मिजाइल्स का मतलब है कि इहनू टैंक तो भी फायर किया जा सकता, थले धरती ते खड़ के बंदा भी फायर कर सकता ये मिजाइल नू, ठीक है। तो इहदी रेंज जिहड़ी हैगी है 75 तो लैके 4000 मीटर, यानी कि 4 किलोमीटर तक की मार रखती है यह मिजाइल जिहड़ी हैगी एंटीटैक मिजाइल। तुहानू इहदे बारे भी पुछ सकते हैं कि कॉनकुरस एम मिजाइल की है, यह जिहड़ी कॉनकुरस एम ही बोलणगे पिछे मिजाइल शायद ना लिखण, जे लिख भी दिता तो इहदी रेंज पुछ सकते हैं, जां पुछणगे कि एयर टू हवा तो यह धरती तो हवा च मार करती है कि हवा तो हवा च मार करती है, तो बड़ी सिंपल जी गल, धरती तो हवा तो मार करूगी, सरफेस टू एयर होगी मेरे को, क्योंकि थले खड़ा जो चला रहा बंदा तो मार रहा है, तो एंटी टैंक मिजाइल है। इन्ना जरूर याद रखियो क्योंकि ये शब्द थोड़ा जरूर जो सवाल बनता लिखा मिलेगा कि एंटी टैंक मिजाइल है, टैंकों अड़ाती है, राइट। कंपनी का जिक्र कर लिए तो भारत डायनामिक्स लिमिटेड एक कंपनी है जिदे भारत की हुई कंपनी है यह जी डिफेंस के यानी कि औजार बनाती है, तो वो ही यह एक एग्रीमेंट साइन होया इन्हों बना का। तो उम्मीद है कि बाकी तो ये ज़्यादा है नहीं, आ दो तीन गल्ला नोट कर लियो कि किन्नी मार है यदी, तो एंटी टैंक मिजाइल है, राइट। अगे आ जाओ अगले सवाल पर। अगला सवाल मेरे को आ गया, किहड़ी एजेंसी ने फंड किया एस्ट्रॉयड टेरिस्ट्रियल इंपैक्ट लास्ट अलर्ट सिस्टम एटलस? एटलस याद रखियो, फुल फॉर्म नोट कर लो एटलस की, एस्ट्रॉयड। एस्ट्रॉयड का जिक्र कल किया मैं थोड़े नाल, एस्ट्रॉयड उपर घूमते फिरते ने, पत्थर के बने हो सकते हैं, ठीक है, ज़्यादातर पत्थर के बने होंगे ने, यही एस्ट्रॉयड साढ़े लिए खतरा भी ने, क्योंकि कल आप गल कीते सी जेड़े आ जे सूरज है आले दुआले है घूम रही है धरती जेड़े इस ट्रैक पाथ दे विच आ जांदे ने उहदा धरती नाल टकराउण दा खतरा भी रहिंदा, तां उहदे ते निगाह बना के रखना साडियां जिन्नियां भी स्पेस एजेंसियां ने, चाहे नासा इसरो, यह वक्रे वक्रे तरह का रोल अदा करदियां ने इन्हां नूं निगाह रखण वास्ते, इन्हां ते ताकि कल कोई हादसा होण तों बचाया जा सके, तां उसे परपज़ लई आ एटलस है।
ਇਹ ਵੀ ਜਿਹੜੇ ਨੇੜੇ ਤੇੜੇ ਦੇ ਸਾਡੇ ਐਸਟਰੋਇਡ ਨੇ ਉਹਨਾਂ ਤੇ ਨਿਗਾ ਰੱਖਣ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਕਿ ਡਿਟੈਕਸ਼ਨ ਸਿਸਟਮ ਹੈ ਡਿਟੈਕਸ਼ਨ ਦਾ ਮਤਲਬ ਉਹਨੂੰ ਡਿਟੈਕਟ ਕਰਨਗੇ ਲੱਭਣਗੇ ਵੀ ਅਗਰ ਕੋਈ ਇਹੋ ਜਿਹਾ ਹਾਦਸਾ ਹੋਣ ਵਾਲਾ ਫਿਰ ਉਹ ਤੋਂ ਬਚਿਆ ਜਾ ਸਕੇ ਜਿਵੇਂ ਤੁਹਾਨੂੰ ਮੈਂ ਕੱਲ੍ਹ ਦੱਸਿਆ ਸੀ ਇੱਕ ਮਿਸ਼ਨ ਸੀਗਾ ਡਾਟ ਮਿਸ਼ਨ DART ਡਾਟ ਇਹ ਵੀ ਕਿਹਦਾ ਸੀ ਨਾਸਾ ਦਾ ਮਿਸ਼ਨ ਸੀ ਉਹਦੇ 'ਚ ਇਹਨਾਂ ਨੇ ਕੀ ਕਰਿਆ ਸੀ ਕਿ ਇੱਥੋਂ ਧਰਤੀ ਤੋਂ ਮਿਜ਼ਾਇਲ ਮਾਰ ਕੇ ਇੱਥੋਂ ਮਿਜ਼ਾਇਲ ਮਾਰੀ ਸਿੱਧਾ ਆਹ ਐਸਟਰੋਇਡ ਦੇ ਵਿੱਚ ਮਾਰੀ ਐਸਟਰੋਇਡ ਦੇ ਵਿੱਚ ਵੱਜ ਕੇ ਉਹਦੀ ਡਾਇਰੈਕਸ਼ਨ ਮੋੜਤੀ ਉਹਦੀ ਦਿਸ਼ਾ ਦਾ ਮੂੰਹ ਮੋੜਤਾ ਤਾਂ ਕਿ ਜੇ ਉਹ ਧਰਤੀ ਵੱਲ ਆ ਰਿਹਾ ਸੀ ਕਿਸੇ ਹੋਰ ਪਾਸੇ ਨੂੰ ਨਿਕਲ ਜੇ ਤਾਂ ਐਵੇਂ ਦੇ ਵੱਖਰੇ ਵੱਖਰੇ ਮਿਸ਼ਨਾਂ ਨਾਲ ਹਾਦਸੇ ਨੂੰ ਹੋਣ ਤੋਂ ਬਚਾਇਆ ਜਾ ਸਕਦਾ ਉਹਦੇ ਪਰਪਸ ਲਈ ਹੈ ਕਿਹਦਾ ਇਹ ਬੇਸਿਕਲੀ ਤਾਂ ਇਹ ਨਾਸਾ ਦਾ ਹੀ ਹੈ ਪਰ ਇਹਦੇ ਵਿੱਚ ਹੋਰ ਵੀ ਕਈ ਭਾਈਵਾਲ ਹੈਗੇ ਨੇ ਦੇਸ਼ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਓਬਜ਼ਰਵ ਯੂਜ਼ਲੀ ਹੁੰਦਾ ਕੀ ਹੈ ਇਹਦੇ ਵਾਸਤੇ ਕੀ ਕਰਿਆ ਜਾ ਸਕਦਾ ਇਹਦੇ ਵਾਸਤੇ ਟੈਲੀਸਕੋਪ ਲਾ ਦਿੰਦੇ ਨੇ ਟੈਲੀਸਕੋਪ ਲਾ ਕੇ ਟੈਲੀਸਕੋਪਾਂ ਦੇ ਥਰੂ ਨਿਗਾਹ ਰੱਖੀ ਜਾਂਦੀ ਹੈ ਵੱਖਰੇ ਵੱਖਰੇ ਐਸਟਰੋਇਡਾਂ ਦੇ ਉੱਤੇ ਵੀ ਹਾਂ ਉਹ ਕਿੱਧਰ ਨੂੰ ਫੋਲੋ ਕਰਦੇ ਆ ਰਹੇ ਨੇ ਜਾਂ ਕਿੱਧਰ ਨੂੰ ਨਹੀਂ ਹੈ ਇੱਕ ਤਾਂ ਇਹ ਚੀਜ਼ ਹੁੰਦੀ ਹੈ ਉਹਦੇ ਵਿੱਚ ਹੁਣ ਆਪਾਂ ਜੇ ਦੇਖੀਏ ਆਹ ਵੱਖਰੇ ਵੱਖਰੇ ਜਿਵੇਂ ਚਿੱਲੀ ਹੋ ਗਿਆ ਠੀਕ ਹੈ ਹਵਾਈ ਦੇ ਵਿੱਚ ਬੇਸਿਕਲੀ ਇਹਨਾਂ ਨੇ ਆਹ ਲਾਏ ਨੇ ਆਪਣੇ ਆਹ ਟੈਲੀਸਕੋਪਸ ਹਵਾਈ ਤੁਸੀਂ ਸਾਰੇ ਜਾਣਦੇ ਹੋਗੇ ਆਈਲੈਂਡ ਨੇ ਅਮਰੀਕਾ ਦੇ ਹੀ ਉੱਥੇ ਰੱਖੇ ਨੇ ਉੱਥੋਂ ਉਹਦੇ ਥਰੂ ਨਿਗਾਹ ਬਣਾਈ ਜਾ ਰਹੀ ਹੈ ਇਹਨਾਂ ਦੇ ਉੱਤੇ ਜਿਹੜੀਆਂ ਇਹ ਓਬਜੈਕਟਸ ਨੇ ਲਓ ਅੱਗੇ ਆ ਜਾਓ ਅਗਲੇ ਸਵਾਲ 'ਤੇ ਚੱਲਦੇ ਹਾਂ ਅਗਲਾ ਸਵਾਲ ਹੈਗਾ ਮੇਰੇ ਕੋਲ ਕਿਸ ਭਾਰਤੀ ਰਾਜ ਨੇ ਰਾਜ ਦੇ ਸਾਰੇ ਕਲਾ ਰੂਪਾਂ ਦੀ ਮੈਪਿੰਗ ਕਰਦੇ ਹੋਏ ਇੱਕ ਸਮਰਪਿਤ ਕ੍ਰਾਫਟ ਮੈਪ ਤਿਆਰ ਕੀਤਾ ਹੈ ਕੀ ਮਤਲਬ ਕਿਹੜੀ ਭਾਰਤ ਦੇ ਸੂਬੇ ਨੇ ਡਿਵੈਲਪ ਕੀਤਾ ਇੱਕ ਡੈਡੀਕੇਟਿਡ ਕ੍ਰਾਫਟ ਮੈਪ ਮੈਪਿੰਗ ਆਲ ਆਰਟ ਫੋਰਮਸ ਮਤਲਬ ਜਿਵੇਂ ਹੁਣ ਸਾਡੇ ਇੱਥੇ ਕਿਹੜੀਆਂ ਆਰਟ ਦੀਆਂ ਫੋਰਮਸ ਨੇ ਵੱਖਰੇ ਵੱਖਰੇ ਸਾਡੇ ਵੀ ਇੱਥੇ ਆਰਟ ਹੈਗੇ ਨੇ ਭੰਗੜਾ ਹੋ ਗਿਆ ਸਾਡਾ ਇੱਕ ਆਰਟ ਹੈ ਫੁਲਕਾਰੀ ਸਾਡਾ ਇੱਕ ਆਰਟ ਹੈ ਠੀਕ ਹੈ ਜਿਹਨੂੰ GI ਟੈਗ ਮਿਲਿਆ ਹੋਇਆ ਜੀਓਗ੍ਰਾਫੀਕਲ ਇੰਡੀਕੇਸ਼ਨ ਦਾ ਟੈਗ ਮਿਲਿਆ ਹੋਇਆ ਐਵੇਂ ਕਿਸੇ ਸੂਬੇ ਦੇ ਵਿੱਚ ਜਿੰਨੇ ਆਰਟ ਐਂਡ ਕ੍ਰਾਫਟ ਦੇ ਉਹਨਾਂ ਦੇ ਆਰਟ ਨੇ ਉਹਨੂੰ ਲੈ ਕੇ ਉਹਨਾਂ ਸਾਰਿਆਂ ਦੀ ਮੈਪਿੰਗ ਕਰਕੇ ਇੱਕ ਕ੍ਰਾਫਟ ਮੈਪ ਬਣਾਤਾ ਉਸ ਸੂਬੇ ਨੇ ਉਹਦਾ ਨਾਮ ਪੁੱਛਿਆ ਕਿ ਕੰਮ ਕਿਹੜੇ ਸੂਬੇ ਨੇ ਕਰਿਆ ਤਾਂ ਇਹ ਹੈਗਾ ਮਨੀਪੁਰ ਦਾ ਮਨੀਪੁਰ ਨੇ ਇਹ ਆਪਣੇ ਜਿੰਨੇ ਉਹਨਾਂ ਦੇ ਆਰਟ ਐਂਡ ਕ੍ਰਾਫਟ ਵਾਲੀਆਂ ਚੀਜ਼ਾਂ ਨੇ ਉਹਨਾਂ ਦਾ ਇੱਕ ਕ੍ਰਾਫਟ ਮੈਪ ਤਿਆਰ ਕੀਤਾ ਬੇਸਿਕਲੀ ਪਰਪਸ ਉਹੀ ਹੈ ਕਿ ਆਪਦੀ ਸੰਸਕ੍ਰਿਤੀ ਦਿਖਾਉਣਾ ਅਤੇ ਟੂਰਿਜ਼ਮ ਨੂੰ ਬੜਾਵਾ ਦੇਣਾ ਐਜ ਵੈਲ ਐਜ਼ ਜਿਹੜੇ ਛੋਟੇ ਮੋਟੇ ਉਹਨਾਂ ਦੇ ਸ਼ਿਲਪਕਾਰ ਹੈਗੇ ਨੇ ਜਿਹੜੇ ਆਰਟ ਐਂਡ ਕ੍ਰਾਫਟ ਦਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਬੜਾਵਾ ਮਿਲੇ ਆਪਣੀਆਂ ਚੀਜ਼ਾਂ ਲੋਕਾਂ ਤੱਕ ਲੋਕ ਦੇਖਣ ਉਹਨਾਂ ਨੂੰ ਖਰੀਦਣ ਉਸ ਤੋਂ ਬਾਅਦ ਵੱਖਰੀਆਂ ਵੱਖਰੀਆਂ ਮਾਰਕੀਟਾਂ ਦੇ ਵਿੱਚ ਜਾ ਕੇ ਤਾਂ ਉਸ ਪਰਪਸ ਲਈ ਹੈ ਕੁਛ ਕੁ ਚੀਜ਼ਾਂ ਇਹਦੇ 'ਚ ਇੰਪੋਰਟੈਂਟ ਨੇ ਵੀ ਇਹਦੇ ਵਿੱਚ ਕਿਹੜੇ ਕਿਹੜੇ ਕ੍ਰਾਫਟ ਆ ਸਕਦੇ ਨੇ ਜਿੰਨਾਂ ਵੈਸੇ ਤਾਂ ਬਹੁਤ ਸਾਰੇ ਨੇ ਕੁਛ ਕੁ ਮਸ਼ਹੂਰ ਜਿਵੇਂ ਹੁਣ ਮਨੀਪੁਰੀ ਹਾਫ ਸਾੜੀ ਹੈ ਜਿਹੜੀ ਉਹਨੂੰ GI ਟੈਗ ਮਿਲਿਆ ਹੋਇਆ ਉਹਦਾ ਮਨੀਪੁਰੀ ਹਾਫ ਸਾੜੀ ਤਾਂ ਅਸੀਂ ਕਹਿਤਾ ਪਰ ਮਨੀਪੁਰ ਵਾਲੇ ਉਹਨੂੰ ਕਿਸੇ ਹੋਰ ਨਾਮ ਨਾਲ ਬੁਲਾਉਂਦੇ ਨੇ ਉਹ ਕਿਹਦੇ ਨਾਲ ਬੁਲਾਉਂਦੇ ਨੇ ਉਹ ਬੁਲਾਉਂਦੇ ਨੇ ਮੋਇਰੰਗ ਫੀ ਦੇ ਨਾਮ ਨਾਲ ਬੋਲਦੇ ਨੇ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਮੋਇਰੰਗ ਫੀ ਕੀ ਹੈ ਤਾਂ ਤੁਹਾਨੂੰ ਪਤਾ ਹੋਵੇ ਕਿ ਹਾਫ ਸਾੜੀ ਹੈ ਜਿਹਨੂੰ GI ਟੈਗ ਮਿਲਿਆ ਹੋਇਆ ਕਿਹੜੇ ਸੂਬੇ ਦੀ ਹੈ ਉਹ ਹੈਗੀ ਹੈ ਜੀ ਮਨੀਪੁਰ ਦੀ ਸਿਮੀਲਰਲੀ ਆਹ ਤਾਂ ਬੜਾ ਹੀ ਮਸ਼ਹੂਰ ਆ ਥਾਂਗ ਬੇਸਿਕਲੀ ਥਾਂਗ ਨਾਈਫ ਇੱਕ ਨਾ ਥਾਂਗ ਟਾ ਪੇਪਰ 'ਚ ਆਮ ਹੀ ਸਵਾਲ ਪੁੱਛਿਆ ਜਾਂਦਾ ਥਾਂਗ ਟਾ ਇੱਕ ਮਾਰਸ਼ਲ ਆਰਟ ਹੈ ਜਿਵੇਂ ਸਾਡਾ ਤੁਸੀਂ ਗੱਤਕਾ ਕਹਿ ਲਓ ਉਵੇਂ ਦਾ ਇਹ ਕਿਹੜੇ ਸੂਬੇ ਦਾ ਹੈ ਤਾਂ ਇਹ ਵੀ ਓਬਵੀਅਸ ਜੀ ਗੱਲ ਕਿਹੜੇ ਸੂਬੇ ਦਾ ਹੋ ਗਿਆ ਮਨੀਪੁਰ ਦਾ ਹੋ ਗਿਆ ਤਾਂ ਮਨੀਪੁਰ ਦਾ ਥਾਂਗ ਟਾ ਤਾਂ ਥਾਂਗ ਨਾਈਫ ਚਾਕੂ ਵੀ ਆਉਂਦੇ ਨੇ ਹੋਰ ਆ ਵੱਖਰੇ ਵੱਖਰੇ ਚੀਜ਼ਾਂ ਇੱਥੇ ਲਿਖੀਆਂ ਨੇ ਤਿੰਨ ਚਾਰ ਇੱਕ ਆ ਜਿਹੜਾ ਇਹ ਉੱਥੇ ਇੱਕ ਕਮਿਊਨਿਟੀ ਹੈ ਤੰਗ ਕੁਲ ਕਮਿਊਨਿਟੀ ਮਤਲਬ ਉੱਥੇ ਇੱਕ ਲੋਕ ਨੇ ਥੋੜ੍ਹੇ ਜਿਹੇ ਉਹਨਾਂ ਨੂੰ ਤੰਗ ਕੁਲ ਕਮਿਊਨਿਟੀ ਦੇ ਲੋਕ ਬੋਲਿਆ ਜਾਂਦਾ ਉਹ ਨਾ ਮਿੱਟੀ ਦੇ ਭਾਂਡੇ ਬਣਾਉਂਦੇ ਨੇ ਠੀਕ ਹੈ ਬਿਨਾਂ ਉਹਨੂੰ ਵਰਤੇ ਜਿਹੜਾ ਵੀਲ ਚੱਕਰ ਹੁੰਦਾ ਉਹਦੇ ਉੱਤੇ ਉਹਨੂੰ ਬਿਨਾਂ ਵਰਤੇ ਹੱਥਾਂ ਨਾਲ ਮਿੱਟੀ ਦੇ ਭਾਂਡੇ ਬਣਾਉਂਦੇ ਨੇ ਉਹ ਵੀ ਬਹੁਤ ਮਸ਼ਹੂਰ ਨੇ ਇੱਥੋਂ ਦੇ ਤਾਂ ਧਿਆਨ 'ਚ ਰੱਖਿਓ ਇਸ ਚੀਜ਼ ਨੂੰ ਅੱਗੇ ਆ ਜਾਓ ਅਗਲੇ ਸਵਾਲ 'ਤੇ ਚੱਲਦੇ ਹਾਂ ਕਿਹੜੀ ਸਟੇਟ ਨੇ ਫਾਰਮੂਲੇਟ ਕੀਤਾ ਇੱਕ ਐਕਸ਼ਨ ਪਲਾਨ ਯਾਨੀ ਕਿ ਉਹਨਾਂ ਦਾ ਕੀ ਹੈ ਕਿ ਡਰੋਨਾਂ ਦੀ ਮਦਦ ਦੇ ਨਾਲ ਅਸੀਂ ਫਰਟੀਲਾਈਜ਼ਰ ਦਾ ਛਿੜਕਾਅ ਕਰਾਂਗੇ ਜਿਹੜੇ ਆਪਾਂ ਫਰਟੀਲਾਈਜ਼ਰ ਯੂਰੀਆ ਸੁੱਟਣਾ ਹੋਰ ਸੁੱਟਣਾ ਖੇਤਾਂ 'ਚ ਉਹ ਅਸੀਂ ਡਰੋਨਸ ਦੀ ਮਦਦ ਦੇ ਨਾਲ ਕਰਾਂਗੇ ਇਹ ਮੋਟਿਵ ਰੱਖਿਆ ਇਹ ਕਿਹੜੇ ਸੂਬੇ ਨੇ ਕਰਿਆ ਤਾਂ ਇਹਦਾ ਕਰੈਕਟ ਆਨਸਰ ਹੈ ਰਾਜਸਥਾਨ ਤਾਂ ਰਾਜਸਥਾਨ ਨੇ ਇਹ ਰੱਖਿਆ ਕਹਿੰਦੇ ਲਗਭਗ ਜਿਹੜੇ ਡਰੋਨ ਨੇ ਉਹ 10 ਮਿੰਟਾਂ ਦੇ ਵਿੱਚ 1 ਏਕੜ ਦੀ ਜ਼ਮੀਨ ਦੇ ਉੱਤੇ ਸਪਰੇ ਕਰ ਦਿੰਦੇ ਨੇ ਇਹ ਤਾਂ ਚਲੋ ਸਾਡੇ ਕੰਮ ਦੀ ਗੱਲ ਨਹੀਂ ਬਸ ਇੰਨਾ ਹੀ ਧਿਆਨ 'ਚ ਰਵੇ ਕਿ ਇਹ ਐਕਸ਼ਨ ਪਲਾਨ ਕਿਹਨੇ ਤਿਆਰ ਕੀਤਾ ਫਾਰਮੂਲੇਟ ਕੀਤਾ ਕਿ ਡਰੋਨਸ ਦੇ ਨਾਲ ਇਹ ਕਰਿਆ ਜਾਵੇ ਵੈਸੇ ਤਾਂ ਬੜੇ ਜਲਦੀ ਇਹਦੀ ਚੱਲ ਰਹੀ ਹੈ ਪਰ ਪਹਿਲੀ ਵਾਰ ਕਿਸੇ ਸੂਬੇ ਨੇ ਇਹਨੂੰ ਯੂਜ਼ ਕਰਨ ਜਾ ਰਿਹਾ ਸੂਬਾ ਤਾਂ ਸੂਬਾ ਹੈਗਾ ਰਾਜਸਥਾਨ ਅੱਗੇ ਆ ਜਾਓ ਅਗਲੇ ਸਵਾਲ 'ਤੇ ਇਹਨਾਂ ਦੇ ਵਿੱਚੋਂ ਕੱਲ੍ਹ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਲਗਭਗ ਦੇਸ਼ਾਂ ਨੇ ਬਾਈਕਾਟ ਕੀਤਾ ਜਿਹੜੇ ਵਿੰਟਰ ਸਰਦੀ ਵਾਲੇ ਓਲੰਪਿਕਸ ਹੋਏ ਨੇ ਚੀਨ ਦੇ ਵਿੱਚ
पर भारत का इकलौता इंपोर्टेंट सवाल हो जाता क्योंकि यह एक्सैप्शन जी कड़ता मेरे को इकलौता कंटेस्टेंट है इंडिया तो जिन्हें इस ओलंपिक्स के जाके हिस्सा लिया है। तुम मैं दसना कि वह नाम की है? वह नाम हैगा जी आरिफ खान। वेरी इंपोर्टेंट क्वेश्चन, आरिफ खान का नम का बंदा यहोजी कि गेम खेलता जी जाके खेड के आया। खेड का नाम हैगा स्लैलोम एंड जायंट स्लैलोम इवेंट्स। इस की हों कभी सुनी नहीं यार असी तो, मैं भी पहला गूगल से सर्च करके आया भी हों की है, मैनू भी नहीं पता सी। तुसी ओ स्नो दे विच तुसी देखिया कि वो पैरां दे विच एडे वड्डे वड्डे एवें पा के ठीक है उहदे उत्ते खड़े हो गए दो हाथ दे विच स्टिक्स जीआं फड़ के ऐ स्नो दे विच उड़ भजाउंदे ने उहनां दी रेस लवाउंदे ने उहनूं बोलदे ने। तुसी गूगल ते सर्च करियो स्लैलोम एंड जायंट स्लैलोम इवेंट्स, तुहाडे कोल जदों इमेजेस जाओगे फोटोआं नूं देख के पता लग जूगा भी किहड़े इवेंट की गल हो रही है। तो यह इवेंट च की ने आरिफ खान ने पार्टीसपेट किया, इंपोर्टेंट सवाल आ ध्यान च रखियो। अगे आ जाओ सवाल नंबर 55। रीसेंटली डिस्कवर्ड किया गया स्कॉम्बेरियड डाइज प्लैजिकस लोकली नोन एज पोला वट्टा कादी स्पीशीज है, पंजाबी भी पढ़ते हैं। हाल ही में खोज की गई है स्कॉम्बेरिडिस प्लैजिकस, नाम दिता साइंटिफिक नेम आता करके बड़ा अजीब जहा नाम है, जिन्हों स्थानक तौर पर वह बोलते हैं पोला वट्टा। दसो जी यह प्रजाति कादे नाल संबंधित है? ये मच्छी की प्रजाति है, याद रखियो मच्छी की प्रजाति है। सेंट्रल मैरीन फिशरीज रिसर्च इंस्टीट्यूट। हुण अगला सवाल तो मेरा फिर तैयार हो रहा, मैनूं दसो कि यह कित्थे है? इहो जिहे सवाल भी तो पीटर प्लस पी का खास करके बहुत पुछदी है, जां छोटे पेपर जो आम ही पुछ लैंदे ने। तो सेंट्रल मैरीन फिशरी रिसर्च इंस्टीट्यूट जिहड़ा हैगा यह कोची च है, ध्यान रखियो कोची किहदा शहर है? केरला का, उत्थे है। इन्होंने एक क्वीन फिश कैटेगरी की प्रजाति लभी है जिहदा नाम तुहानूं लोकली की बोलते हैं पोला वट्टा, वैसे आप पढ़ लो तुसीं की नाम आ प्लैजिकस करके, ये ध्यान च रखियो। इहोजिहा सवाल भी बन जाता ना पुछ की भी रीसेंटली यह एक स्पीशीज प्रजाति न्यूज़ च सी कादे नाल रिलेटेड सी, डड्डू सी फिश सी स्नेक सी जां की सीगा। अगले क्वेश्चन ते मूव करते हैं सीधा बिना टाइम वेस्ट किए। सीपैक वेरी इंपोर्टेंट, मैनू लगता लगभग लोगों को पता हो सीपैक की फुल फॉर्म हैगी है चाइना पाकिस्तान इकनोमिक कोरीडोर, जिहदे ते भारत नूं बहुत वड्डा इतराज है क्योंकि जिहड़ा साडा पाकिस्तान ऑक्यूपाइड कश्मीर है बलूचिस्तान वाला इलाका उहदे विच दी कोरीडोर निकलदा। चाइना का ड्रीम प्रोजैक्ट सारे जानते हैं कनैक्टिविटी लैके किन्ना ज़्यादा वह जिहड़ा वह सिल्क रोड वाला उहदा इनीशिएटिव है ठीक है, वो अंडर ही यह पैंदा यह कोरीडोर पाकिस्तान दे नाल। फेज़ वन भी यदा इंप्लीमेंट इन्होंने किया, बड़ा रौला होया बलूचिस्तान के बहुत विरोध होया ठीक है भी चाइनीज़ उसे धक्का कर रहे हैं। दूजा फेज़ करन जा रहे हैं, इस चीज़ का विरोध पहले वाली सरकार तो कर रही थी इमरान खान वाली, हुण नवी सरकार की करती है नहीं करती उहदे ते सानूं देखना पएगा। तो कुल मिला के सानूं यह पता होना चाहिए कि सीपैक की की फुल फॉर्म है, तो यह चाइना के जिनजियांग रीजन ते पाकिस्तान के ग्वादर पोर्ट नूं आपस जोड़दा, इंपोर्टेंट पॉइंट है लिखा क्वेश्चन जी पे है। सवाल पूछ सकते हैं सीपैक कोरीडोर किहड़े किहड़े दो थावां नूं जोड़दा? चीन का जिनजियांग प्रोविंस है ते ग्वादर पोर्ट कित्थों दा? पाकिस्तान दा। सवाल यह भी बन सकता कि ग्वादर पोर्ट हुणी न्यूज़ च सी, दसो जी जिहड़ा यह पोर्ट है यह किहड़े देश दा है? तो किहड़े देश दा हो गया? पाकिस्तान दा। तो पाकिस्तान दा सीपैक है, ध्यान च रखियो इंपोर्टेंट हो गया मेरे कोले। अगे आ जाओ यानी कि पोर्ट समझते हो ना कि बंदरगाह नूं बोलदे आं आपां, इत्थों पंजाबी दे विच बाकी तुसीं पढ़ सकते हो कि सीपैक एक आर्थिक गलियारा है जो चीन दे शिनजियांग खेत्र ते किहड़े देश दे ग्वादर पोर्ट नूं जोड़दा, यही सवाल है। तो पाकिस्तान दे ग्वादर पोर्ट नूं जोड़दा। लो जी अगे चलते हैं सवाल नंबर 57। किहड़ा इंस्टीट्यूशन जां ऑफिस है जिन्हें अनाउंस किया स्वच्छता सारथी फैलोशिप 2022? स्वच्छता सारथी फैलोशिप 2022 किहड़े ऑफिस ने किया? ज़्यादातर लोग नीति आयोग वाल जा सकते हैं जां फिर हाउसिंग वाली मिनिस्ट्री वाल जा सकते हैं क्योंकि यह मिनिस्ट्री सफाई वाले इनिशिएटिव बहुत लेंदी है, पर असल दे विच यह किया ऑफिस ऑफ प्रिंसीपल साइंटिफिक एडवाइजर, इन्हां द्वारा यह किया गया ऑफिस ऑफ प्रिंसीपल साइंटिफिक एडवाइजर। बेसिकली ना प्राइम मिनिस्टर की एक काउंसल होंदी है उहनूं पीएम स्टैक बोलते हैं, प्राइम मिनिस्टर साइंस
ਟੈਕਨੋਲੋਜੀ ਐਂਡ ਇਨੋਵੇਸ਼ਨ ਐਡਵਾਈਜ਼ਰੀ ਕਾਉਂਸਲ, ਇਹ ਵੀ ਛੋਟੇ ਛੋਟੇ ਕਈ ਇਨੀਸ਼ੀਏਟਿਵ ਲੈਂਦੀ ਹੈ। ਮਤਲਬ ਉਹਦੀ ਇੱਕ ਛੋਟੀ ਜਿਹੀ ਜਿਹੜੀ ਪ੍ਰਾਈਮ ਮਿਨਿਸਟਰ ਦੇ ਅੰਡਰ ਇੱਕ ਛੋਟੀ ਕਾਉਂਸਲ ਬਣੀ ਹੋਈ ਹੈ, ਇਹਦੇ ਵਿੱਚ ਕਈ ਤਰ੍ਹਾਂ ਦੇ ਸਲਾਹਕਾਰ ਨੇ ਜਿਹੜੇ ਪ੍ਰਧਾਨ ਮੰਤਰੀ ਨੂੰ ਸਲਾਹਾਂ ਦਿੰਦੇ ਨੇ, ਉਹਨਾਂ ਦੁਆਰਾ ਹੀ ਇਹ ਇਨੀਸ਼ੀਏਟਿਵ ਲਿਆ ਗਿਆ। ਇੰਪੋਰਟੈਂਟ ਹੈ, ਥੋੜ੍ਹਾ ਜਿਹਾ ਹਟ ਕੇ ਸਵਾਲ ਹੈ, ਤਾਂ ਕਰਕੇ ਮੈਂ ਇਹਨੂੰ ਇੰਪੋਰਟੈਂਟ ਦੀ ਕੈਟੇਗਰੀ 'ਚ ਰੱਖ ਰਿਹਾ, ਕਿਉਂਕਿ ਅਸੀਂ ਜ਼ਿਆਦਾਤਰ ਇਹ ਟਿੱਕ ਸ਼ਾਇਦ ਨਹੀਂ ਲਾਵਾਂਗੇ ਜੇ ਅਸੀਂ ਤੁੱਕਾ ਵੀ ਮਾਰਨਾ ਹੋਵੇ ਪੇਪਰ 'ਚ, ਤਾਂ ਧਿਆਨ 'ਚ ਰੱਖਿਆ ਜਾਵੇ ਇਸ ਸਵਾਲ ਨੂੰ। ਅਗਲੇ ਸਵਾਲ ਵੱਲ ਮੂਵ ਕਰਦੇ ਹਾਂ। ਕਿਹੜੀ ਕੰਟਰੀ ਹੈ ਜਿਹਨੇ ਹੁਣੇ ਹੁਣੇ ਗੋਸਟ ਆਰਮੀ ਜਿਹੜੀ ਡਿਪਲੋਏ ਕੀਤੀ ਸੀ ਉਹਨੂੰ ਰੈਕੋਗਨੇਸ਼ਨ ਦਿੱਤੀ ਹੈ? ਹੁਣ ਤੁਸੀਂ ਪੁੱਛੋਗੇ ਇਹ ਕੀ ਚੀਜ਼ ਹੋਈ। ਗੋਸਟ ਦਾ ਮਤਲਬ ਤਾਂ ਸਮਝਦੇ ਹੋਵੋਗੇ, ਭੂਤ ਪ੍ਰੇਤ, ਠੀਕ ਹੈ, ਕਾਈਂਡ। ਜਦੋਂ ਕਹਿੰਦੇ ਵਰਲਡ ਵਾਰ 2 ਲੱਗੀ ਸੀ ਨਾ, ਕਦੋਂ ਤੋਂ ਕਦੋਂ ਤੱਕ ਹੋਈ ਹੈ ਵਰਲਡ ਵਾਰ 2? ਦੂਜਾ ਵਿਸ਼ਵ ਯੁੱਧ 1939 ਤੋਂ 45 ਤੱਕ। ਅਮਰੀਕਾ ਇੰਗਲੈਂਡ ਇੱਕ ਸਾਈਡ ਸੀਗੇ ਅਤੇ ਦੂਜੀ ਸਾਈਡ ਜਪਾਨ ਜਰਮਨੀ ਵਰਗੇ ਦੇਸ਼ ਸੀਗੇ। ਅਮਰੀਕਾ ਨੇ ਇਹ ਕੰਸੈਪਟ ਵਰਤਿਆ ਸੀ ਗੋਸਟ ਆਰਮੀ, ਮਤਲਬ ਕਿ ਉਹਨਾਂ ਨੇ ਆਪਣੀਆਂ ਓਰਿਜਿਨਲ ਚੀਜ਼ਾਂ ਦੇ ਨਕਲੀ ਵਰਜਨ ਬਣਾ ਕੇ ਖੜ੍ਹੇ ਕਰਤੇ ਸੀ ਦੂਜੇ ਦੇ ਆਰਮੀ ਨੂੰ ਭੁਲੇਖਾ ਦੇਣ ਵਾਸਤੇ। ਜਿਵੇਂ ਹੁਣ ਮੈਂ ਕਹਾਂ ਕਿ ਸਾਡੇ ਕੁਛ ਮਸ਼ਹੂਰ 2-4 ਟੈਂਕ ਨੇ ਜਾਂ ਹੋਰ ਚੀਜ਼ਾਂ ਨੇ, ਉਹਨਾਂ ਦੇ ਨਕਲੀ ਮਾਡਲ ਬਣਾ ਕੇ ਅਸੀਂ ਖੜ੍ਹੇ ਕਰ ਦਈਏ ਬਾਰਡਰ ਦੇ ਉੱਤੇ, ਦੂਜੇ ਡਰਦੇ ਰਹਿਣ ਵੀ ਇਹਨਾਂ ਨੇ ਟੈਂਕ ਚਲਾ ਦੇਣੇ ਆ ਜੇ ਅਸੀਂ ਇੱਧਰ ਕੋਈ ਪੰਗਾ ਲਿਆ, ਤਾਂ ਐਵੇਂ ਦੀ ਚੀਜ਼ ਗੋਸਟ ਆਰਮੀ ਭੁਲੇਖਾ ਦੇਣ ਵਾਲੀ ਆਰਮੀ ਪ੍ਰੋਡਿਊਸ ਕੀਤੀ ਸੀ, ਜਿਹਨੂੰ ਹੁਣੀ ਜਿਹੜੀ ਹੁਣ ਵਾਲੀ ਬਾਈਡਨ ਵਾਲੀ ਸਰਕਾਰ ਆ ਉਹਨੇ ਰੈਕੋਗਨੇਸ਼ਨ ਦਿੱਤੀ ਹੈ। ਤਾਂ USA ਦਾ ਕਰੈਕਟ ਆਨਸਰ ਹੈ, USA ਦੁਆਰਾ ਇਹ ਤਕਨੀਕ ਵਰਤੀ ਗਈ ਸੀ ਵਰਲਡ ਵਾਰ 2 ਦੇ ਵਿੱਚ, ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਲਓ ਜੀ ਅੱਗੇ ਆ ਜਾਓ, ਬਸ 2 ਸਵਾਲ ਰਹਿ ਗਏ ਸਾਡੇ। ਵਿੱਚ ਬਿਕੇਮ ਦਾ ਫਸਟ ਯੂਰੋਪੀਅਨ ਕੰਟਰੀ ਟੂ ਇੰਟਰੋਡਿਊਸ ਏ COVID-19 ਵੈਕਸੀਨ ਮੈਂਡੇਟ, ਮਤਲਬ ਇੱਕ ਇਹੋ ਜੀ ਯੂਰਪੀਅਨ ਦੇਸ਼ ਜਿਹਨੇ ਕਿ COVID-19 ਦੀ ਵੈਕਸੀਨ ਸਾਰੇ ਆਪਦੇ ਦੇਸ਼ ਵਾਸੀਆਂ ਦੇ ਉੱਤੇ ਲਾਜ਼ਮੀ ਕਰਤੀ ਵੀ ਤੁਹਾਨੂੰ ਲਵਾਉਣੀ ਹੀ ਪਊ, ਜੇ ਦੇਸ਼ 'ਚ ਰਹਿਣਾ ਨਹੀਂ ਰਹਿਣ ਦੋ ਫਿਰ ਜਾਓ, ਇਹ ਹੈਗਾ ਜੀ ਆਸਟਰੀਆ। ਤਾਂ ਆਸਟਰੀਆ ਨੇ COVID-19 ਦੀ ਵੈਕਸੀਨ ਨੂੰ ਲਾਜ਼ਮੀ ਕਰਤਾ, ਇੰਪੋਰਟੈਂਟ ਹੈ। ਇਹਦੇ ਰਾਸ਼ਟਰਪਤੀ ਦਾ ਨਾਮ ਹੈਗਾ ਅਲੈਗਜ਼ੈਂਡਰ ਵੈਨ, ਇਹ ਵੀ ਧਿਆਨ 'ਚ ਰੱਖਿਆ ਜਾ ਸਕਦਾ, ਬੜਾ ਇੰਪੋਰਟੈਂਟ ਤਾਂ ਨਹੀਂ, ਠੀਕ ਹੈ, ਅਲੈਗਜ਼ੈਂਡਰ ਵੈਨ ਡੇਰ ਵਿਲੇਨ ਪੂਰਾ ਨਾਮ ਆ ਉਹਦਾ, ਤਾਂ ਇਹਨੂੰ ਵੀ ਧਿਆਨ 'ਚ ਰੱਖਿਆ ਜਾ ਸਕਦਾ। ਲਾਸਟ ਸਵਾਲ ਅੱਜ ਦਾ, 2028 ਦੇ ਓਲੰਪਿਕਸ ਦਾ ਵੈਨਿਊ ਕੀ ਹੋਊਗਾ? ਇਹੋ ਜਿਹੇ ਸਵਾਲ ਆਮ ਤੌਰ 'ਤੇ ਪੇਪਰ 'ਚ ਦੇਖਣ ਨੂੰ ਮਿਲਦੇ ਨੇ। 2028 ਦਾ ਸਮਰ ਓਲੰਪਿਕਸ ਦੀ ਗੱਲ ਹੋ ਰਹੀ ਹੈ ਬੇਸਿਕਲੀ, ਕਿ ਕਦੋਂ ਕਿੱਥੇ ਹੋਊਗਾ, ਤਾਂ ਇਹ ਹੋਣਾ ਸਾਡੇ ਕੋਲ ਲੋਸ ਏਂਜਲਸ 'ਚ, ਇਸ ਤੋਂ ਪਹਿਲਾਂ 2024 ਦਾ ਹੋਊਗਾ। ਇਹ ਕਿੱਥੇ ਹੋਊਗਾ ਕੋਈ ਦੱਸ ਸਕਦਾ? ਇਹ ਹੋਣਾ ਪੈਰਿਸ 'ਚ। ਫਿਰ ਇਹਦਾ ਮਤਲਬ ਇਸ ਤੋਂ ਪਹਿਲਾਂ 2020 ਦਾ ਹੋਇਆ ਹੋਊਗਾ। 2020 ਦਾ ਕਿੱਥੇ ਹੋਇਆ? ਜਪਾਨ 'ਚ ਹੋਇਆ, ਠੀਕ ਹੈ। ਟੋਕੀਓ ਓਲੰਪਿਕਸ ਜਿਹੜੇ ਤੁਸੀਂ ਨੇ, ਜਿਹਦੇ ਵਿੱਚ ਮੱਲਾਂ ਇੰਡੀਆ ਵਾਲਿਆਂ ਨੇ ਵੀ ਮਾਰੀਆਂ ਨੇ, ਠੀਕ ਹੈ, ਤਾਂ ਟੋਕੀਓ। ਤਾਂ ਘੱਟੋ ਘੱਟ ਆਹ ਦਾ ਪਤਾ ਹੋਣ ਤੁਹਾਡੇ ਲਈ ਸਵਾਲ ਹੈ। ਹੁਣ ਤੱਕ 2032 ਦਾ ਵੈਨਿਊ ਵੀ ਦੇਤਾ ਇਹਨਾਂ ਨੇ ਕਿ 32 ਵਾਲਾ ਕਿਹਨੇ ਕਰਾਉਣਾ, ਇਹ ਕਿੱਥੇ ਹੋਊਗਾ ਇਹ ਤੁਸੀਂ ਲੱਭ ਕੇ ਮੈਨੂੰ ਦੱਸੋ, ਠੀਕ ਹੈ। ਤਾਂ ਆਪਣੀ ਡਿਸਕਸ਼ਨ ਨੂੰ ਆਪਾਂ ਇੱਥੇ ਹੀ ਹੁਣ ਰੋਕਾਂਗੇ ਅੱਜ ਦੀ, ਉਸ ਤੋਂ ਬਾਅਦ ਅਗਲੇ ਪਾਰਟ ਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਇਹ ਸੀਰੀਜ਼ ਪਸੰਦ ਆ ਰਹੀ ਹੋਊਗੀ ਅਤੇ ਤੁਹਾਡੇ ਜਿਹੜੀਆਂ ਤੁਹਾਡੀਆਂ ਲੋੜਾਂ ਨੇ ਕਰੰਟ ਅਫੇਅਰਸ ਨੂੰ ਲੈ ਕੇ ਅਸੀਂ ਪੂਰੀਆਂ ਕਰ ਪਾਵਾਂਗੇ, ਤੁਹਾਨੂੰ ਕਿਤੇ ਹੋਰ ਮੂਵ ਕਰਨ ਦੀ ਲੋੜ ਨਹੀਂ ਪਊਗੀ, ਕਿ ਇਹਨੂੰ ਵੀ ਕਵਰ ਕਰਨ ਤੋਂ ਬਾਅਦ ਤੁਸੀਂ ਇੰਨਾ ਕੌਨਫੀਡੈਂਟ ਮਹਿਸੂਸ ਕਰੋਗੇ ਕਿ ਹਾਂ ਸਾਨੂੰ ਕਰੰਟ ਅਫੇਅਰ 'ਤੇ ਸਾਡਾ ਕੰਟਰੋਲ ਹੋ ਗਿਆ ਹੈ, ਅਪਕਮਿੰਗ ਕੋਈ ਵੀ ਪੇਪਰ ਹੋਣ ਉਹਦੇ ਵਿੱਚ ਅਸੀਂ ਕਰੰਟ ਅਫੇਅਰਸ ਨੂੰ ਈਜ਼ੀਲੀ ਹੈਂਡਲ ਕਰ ਸਕਦੇ ਹਾਂ। ਅਤੇ ਤੁਸੀਂ ਪੇਸ਼ੈਂਸ ਨਾਲ ਸੁਣਿਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫੋਰ ਵਾਚਿੰਗ।